सतनाम श्री वाहिगुरु साहिब जी। एक ओंकार सतनाम करता पुरख निरभउ निरवैर अकाल मूरत अजूनी सपंग गुर प्रसाद जप आदि सच जुगाद सच है पी सच नानक होसी पी सच चक्र जेहन अर बरन जात अर पात नहन जेह रूप रंग रेख पेख को कह न सकत केह अचल मूरत अनुभव प्रकाश अमितोज कहिजै कोट इंदर इंदरान साही साहान गणिज त्रिपौन महीप सुर नार्य सुर नेत नेत बांत्रण कहत तो सर्वनाम कथ कवन कर्म नाम वर्णत सुमत कहां बुद्ध प्रवतुष हमारी वर्ण सक महिमा जो तिहारी हम ना सकत कर सिफत तुम्हारी आप लेहो तुम कथा सुधारी मूके उच्चरै शास्त्र खाट पिंग गिरन चढ़ जाय अंध लख भद्रो सुने जो काल कृपा कराय सुन हर कथा उतारी मैल महापनीत भये सुख सैल सब ते उत्तम हर की कथा नाम सुनत दर्द दुख लथा जेता समुंद सागर नीर भरिया तेते औगुण हमारे दया करो किश मेहर उपाव हो डुबदे पत्थर तारी डंडौत बंदन अनकबार सर्व कला समरथ डोलन ते राखो हो प्रभु नानक दे कर हाथ डोलन ते राखो हो प्रभु नानक दे कर हाथ सतनाम श्री वाहिगुरु साहिब जी। सोरठ महला पंजवा सगल समग्री मोह व्यापी कभी ऊचे कब नीचे सोधन होई काहू जतना ओड़क को ना पहुचे सगल समग्री मोह व्यापी कभी ऊचे कब नीचे सोधन होई काहू जतना ओड़क को ना पहुचे मेरे मन साध सरण छुटकारा बिन गुर पूरे जन्म मरण न रही फिर आवत बारो बारा रहा ओ जो भरम भुलावा कहियत तिन मैं उर्जो सगल संसार पूरन भगत पुरख स्वामी का सर्ब थोक ते न्यारा निंदो नाही काहू बात एहो खसम का किया जाको कृपा करी प्रभ मेरे मिल साध संगत नाउ लिया पार ब्रह्म परमेश्वर सतगुरु सबना करते उदाहरा कहो नानक गुर बिन नहीं तरिया है पूर्ण तत् बिचारा पार ब्रह्म परमेश्वर सतगुर सबना करत उदाहरा कहो नानक गुर बिन नहीं तरिया है पूर्ण तत् बिचारा। वाहिगुरु जी का खालसा वाहिगुरु जी की फतेह। सतगुरु जी की साजी नवाजी परम सन्मान योग गुरु खालसा साध संगत जी दीन दुनिया दे वाली चावर छत्र तख दे मालक मेहरा दे साई पदत पावन भगत वशल कृपा निधान जुगो जुग अटल चावर छत्र तख दे मालक सतगुरु श्री गुरु ग्रंथ साहिब महाराज सचे पातशाह जी की अपार कृपालता हुई अमृत वेले महाराज जी ने दर्शन बख्शे हैं
ਗੁਰੂ ਸਾਹਿਬ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਹੋਏ। ਵਡਭਾਗੀ ਜਨਾਂ ਨੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਆਪਣੇ ਨੇਤਰਾਂ ਦੀ ਸਫਲਤਾ ਕੀਤੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦਾ ਜਸ ਸਰਵਣ ਕਰਕੇ ਆਪਣੇ ਕੰਨਾਂ ਦੀ ਆਪਣੇ ਮਨ ਦੀ ਪਵਿੱਤਰਤਾ ਕੀਤੀ ਹੈ। ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਰੋਜ਼ ਆਪਾਂ ਵਿਚਾਰਦੇ ਹਾਂ, ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸੋਠ ਮਹੱਲਾ ਪੰਜਵਾਂ, ਸਗਲ ਸਮੱਗਰੀ ਮੋਹ ਵਿਆਪੀ, ਕਬ ਉੱਚੇ ਕਬ ਨੀਚੇ। ਕਹਿੰਦੇ ਆ ਜਿੰਨੀ ਸ੍ਰਿਸ਼ਟੀ ਹੈ ਸਾਰਾ ਸੰਸਾਰ ਮੋਹ ਦੇ ਵਿੱਚ ਵਿਆਪਿਆ ਹੋਇਆ ਹੈ। ਕੋਈ ਕੋਈ ਵਿਰਲਾ ਵਿਰਲਾ ਜੀਵ ਹੈ ਜਿਹੜਾ ਇਸ ਮੋਹ ਦੇ ਜਾਲ ਤੋਂ ਬਚਿਆ ਹੋਵੇ। ਕਬ ਉੱਚੇ ਕਬ ਨੀਚੇ, ਇਸ ਕਰਕੇ ਕਦੇ ਮਨ ਦੀ ਹਾਲਤ ਉਤਕ੍ਰਿਸ਼ਟ ਹੋ ਜਾਂਦੀ ਹੈ, ਕਦੇ ਅਧੋ ਗਤੀ ਵਾਲੀ, ਕਦੇ ਜੀਵ ਨਰਕਾਂ 'ਚ ਜਾਂਦਾ ਕਦੇ ਸਵਰਗਾਂ 'ਚ ਜਾਂਦਾ। ਕਬੂ ਜੀੜਾ ਉਹ ਵਿਚੜਤ ਹੈ ਕਬੂ ਜਾਏ ਪਿਆਲੇ, ਇਸ ਕਰਕੇ ਮਨ ਕਦੀ ਲਾਲਚੀ ਹੋ ਜਾਂਦਾ ਕਦੀ ਸੰਤੋਖੀ ਹੋ ਜਾਂਦਾ। ਸਾਰੀ ਸ੍ਰਿਸ਼ਟੀ ਮੋਹ ਵਿੱਚ ਫਸੀ ਹੋਣ ਕਰਕੇ ਕਹਿੰਦੇ ਮਨ ਦੀ ਹਾਲਤ ਜਿਹੜੀ ਸਥਿਰ ਨਹੀਂ ਰਹਿੰਦੀ, ਮਨ ਟਿਕਾਣੇ ਨਹੀਂ ਰਹਿੰਦਾ। ਸੁੱਧ ਨਾ ਹੋਈ ਹੈ ਕਾਹੂ ਯਤਨਾ, ਕਹਿੰਦੇ ਜੇ ਹੁਣ ਲੱਖਾਂ ਯਤਨ ਕਰ ਲਈਏ ਕਿਸੇ ਤਰ੍ਹਾਂ ਮਨ ਪਵਿੱਤਰ ਹੋ ਜਾਵੇ, ਕਹਿੰਦੇ ਕੋਈ ਵੀ ਉਪਾਅ ਕੀਤਾ ਹੋਇਆ ਇਹਦਾ ਸਫਲਾ ਨਹੀਂ ਹੁੰਦਾ, ਮਨ ਦੀ ਪਵਿੱਤਰਤਾ ਇੱਦਾਂ ਹੁੰਦੀ ਨਹੀਂ। ਓੜਕ ਕੋ ਨਾ ਪਹੁੰਚੇ, ਕਹਿੰਦੇ ਕੋਈ ਵੀ ਓੜਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਤੱਕ ਇਉਂ ਇੱਧਰ ਉੱਧਰ ਦੇ ਯਤਨ ਕੀਤਿਆਂ ਪਹੁੰਚ ਨਹੀਂ ਸਕਦਾ। ਕਿਉਂ? ਕਿਉਂਕਿ ਸਾਰੀ ਸ੍ਰਿਸ਼ਟੀ ਮੋਹ 'ਚ ਫਸੀ ਹੋਈ ਹੈ। ਆਪਣੀ ਵੱਲੋਂ ਸਿਆਣਪ ਦੇ ਲੱਖਾਂ ਯਤਨ ਕੀਤਿਆਂ ਵੀ ਮਨ ਦੀ ਪਵਿੱਤਰਤਾ, ਮਨ ਸ਼ੁੱਧ ਨਹੀਂ ਹੁੰਦਾ। ਸ਼ੁੱਧ ਨਾ ਹੋਈ ਹੈ ਕਾਹੂ ਯਤਨਾ, ਓੜਕ ਕੋ ਨਾ ਪਹੁੰਚੇ। ਫਿਰ ਮਹਾਰਾਜ ਕੀ ਕਰਨਾ ਚਾਹੀਦਾ ਜੀ? ਸੰਸਾਰੀ ਜੀਵ ਸਮਾਜਿਕ ਲੋਕ ਤਾਂ ਮੋਹ 'ਚ ਫਸੇ ਹੀ ਹੋਣਗੇ, ਫਿਰ ਕੀ ਉਪਾਅ ਕੀਤਾ ਜਾਏ? ਕੁਝ ਮਨ ਦੀ ਪਵਿੱਤਰਤਾ ਹੋਵੇ, ਮਨ ਸ਼ੁੱਧ ਹੋਵੇ। ਅਤੇ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ 'ਚ ਕਿਰਪਾ ਕਰ ਦਿੱਤੀ, ਕਿਉਂਕਿ ਸਾਰੇ ਸ਼ਬਦ ਦਾ ਸਿਧਾਂਤ ਦੱਸ ਦਿੱਤਾ। ਮੇਰੇ ਮਨ ਸਾਧ ਸਰਨ ਛੁਟਕਾਰਾ, ਕਹਿੰਦੇ ਮੇਰਿਆ ਮਨਾ ਇੱਕੋ ਹੀ ਉਪਾਅ ਸਫਲਾ ਹੋ ਸਕਦਾ, ਸਾਧ ਸੰਗਤ ਕਰਿਆ ਕਰ ਤੇਰਾ ਛੁਟਕਾਰਾ ਹੋ ਜਾਏਗਾ। ਨਹੀਂ ਤੇ ਕਬ ਉੱਚੇ ਕਬ ਨੀਚੇ, ਕਦੇ ਨਰਕ ਵਾਸੀ ਹੋ ਗਿਆ ਕਦੇ ਸਵਰਗ ਵਾਸੀ ਹੋ ਗਿਆ, ਕਦੇ ਮਨ ਕਿਵੇਂ ਹੋ ਗਿਆ ਕਦੇ ਕਿਵੇਂ। ਬਸ ਇਹ ਛੁਟਕਾਰਾ ਇਸ ਚੀਜ਼ ਤੋਂ ਤਾਂ ਹੀ ਹੋ ਸਕਦਾ ਜੇ ਤੂੰ ਸਤ ਸੰਗੀ ਹੋ ਜਾਵੇਂ। ਮੇਰੇ ਮਨ ਸਾਧ ਸਰਨ ਛੁਟਕਾਰਾ, ਗੁਰੂ ਸਾਹਿਬ ਜੀ ਦੇ ਬਚਨ ਉਹ ਕਹਿੰਦੇ ਨੇ ਸਾਧ ਸੰਗਤ ਬਿਨ ਤਰਿਓ ਨਾ ਕੋਈ, ਖੋਜਤ ਖੋਜਤ ਸੁਣੀ ਹੈ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਕਹਿੰਦੇ ਖੋਜ ਕਰਨ ਤੋਂ ਬਾਅਦ ਇਹ ਸਾਨੂੰ ਖਬਰ ਮਿਲੀ ਹੈ, ਇਸ ਨਿਰਣੇ 'ਤੇ ਪਹੁੰਚੇ ਬਿਨਾਂ ਸਾਧ ਸੰਗਤ ਕੀਤੇ ਤਾਂ ਕੋਈ ਅੱਜ ਤੱਕ ਤਰਿਆ ਨਹੀਂ ਹੈਗਾ। ਇਸ ਲਈ ਮੇਰੇ ਮਨ ਸਾਧ ਸਰਨ ਛੁਟਕਾਰਾ, ਮੇਰਾ ਮਨਾ ਸਾਧ ਸੰਗਤ ਕਰਿਆ ਕਰ ਤੇਰਾ ਛੁਟਕਾਰਾ ਹੋ ਜਾਏਗਾ। ਰੱਬ ਦੇ ਪਿਆਰਿਆਂ ਦੀ ਸਰਨ ਵਿੱਚ ਜਾਣ ਕਰਕੇ ਤੂੰ ਇਹਨਾਂ ਬੰਧਨਾਂ ਤੋਂ ਛੁੱਟ ਜਾਵੇਂਗਾ। ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਕਹਿੰਦੇ ਬਿਨਾਂ ਗੁਰੂ ਪੂਰੇ ਦੀ ਸ਼ਰਨ ਵਿੱਚ ਗਏ ਤੋਂ ਇਹ ਜਨਮ ਮਰਨ ਦੇ ਬੰਧਨ ਨਹੀਂ ਕੱਟੇ ਜਾਂਦੇ ਹੁੰਦੇ। ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਜਿੰਨੀ ਦੇਰ ਪੂਰੇ ਗੁਰੂ ਦਾ ਸਿਰ 'ਤੇ ਹੱਥ ਨਹੀਂ ਹੋਵੇਗਾ ਆਪਾਂ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਨਹੀਂ ਕਰਾਂਗੇ। ਗੁਰੂ ਤਾਂ ਬਣਾਵਾਂਗੇ ਪਰ ਜੇ ਗੁਰੂ ਵੀ ਪੂਰਾ ਨਾ ਹੋਇਆ ਉਨੀ ਦੇਰ ਤੱਕ ਇਹ ਜਨਮ ਮਰਨ ਦਾ ਬੰਧਨ ਕੱਟਿਆ ਨਹੀਂ ਜਾਵੇਗਾ। ਬਹੁਤ ਲੋਕਾਂ ਨੇ ਆਪਣੇ ਆਪ ਨੂੰ ਇੱਕ ਭਰਮ ਵਿੱਚ ਪਾਲਿਆ ਹੋਇਆ ਹੁੰਦਾ ਵੀ ਚਲੋ ਜੀ ਗੁਰੂ ਵਾਲੇ ਤਾਂ ਅਸੀਂ ਹੈਗੇ ਹੀ ਹਾਂ ਨਾ, ਪਰ ਅਸਲ ਵਿੱਚ ਸਾਧ ਸੰਗਤ ਜੀ ਉਹ ਗੁਰੂ ਸਮਰੱਥ ਨਹੀਂ ਹੁੰਦਾ, ਪੂਰਾ ਨਹੀਂ ਹੁੰਦਾ। ਇਸ ਲਈ ਕਹਿੰਦੇ ਜਦੋਂ ਤੱਕ ਪੂਰੇ ਗੁਰੂ ਨੇ ਸਿਰ 'ਤੇ ਮਿਹਰ ਭਰਿਆ ਹੱਥ ਨਾ ਰੱਖਿਆ ਤੇਰੇ ਜਨਮ ਮਰਨ ਦਾ ਬੰਧਨ ਨਹੀਂ ਕੱਟਿਆ ਜਾਵੇਗਾ। ਬਿਨ ਗੁਰ ਪੂਰੇ ਜਨਮ ਮਰਨਾ ਰਹੀ, ਫਿਰ ਆਵਤ ਬਾਰੋ ਬਾਰਾ, ਕਹਿੰਦੇ ਵਾਰ ਵਾਰ ਆਵੇਂਗਾ, ਫਿਰ ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ। ਜੂਨੀਆਂ ਦਾ ਗੇੜ ਉਨੀ ਦੇਰ ਨਹੀਂ ਮੁੱਕੇਗਾ ਜਿੰਨੀ ਦੇਰ ਪੂਰੇ ਗੁਰੂ ਦੇ ਤੂੰ ਲੜ ਨਹੀਂ ਲੱਗੇਗਾ। ਉਹ ਜੋ ਭਰਮ ਭੁਲਾਵਾ ਕਹੀਏ ਤੇ ਤਿੰਨ ਮੈਂ ਉਰਜੋ ਸਗਲ ਸੰਸਾਰਾ, ਕਹਿੰਦੇ ਬਸ ਏਕਾ ਮਨ ਦਾ ਭਰਮ ਹੁੰਦਾ ਜਿਸ ਵਿੱਚ ਸਾਰਾ ਸੰਸਾਰ ਫਸਿਆ। ਕੀ ਮਨ ਦਾ ਭਰਮ? ਆਪਣੇ ਮਨ ਕਰਕੇ ਕਹਿੰਦਾ ਜੀ ਚਲੋ ਜੀ ਅਸੀਂ ਵੀ ਧਰਮੀ ਹਾਂ, ਅਸੀਂ ਪਰਉਪਕਾਰੀ ਹਾਂ, ਪਰ ਗੁਰੂ ਅਗਲੇ ਬੰਨੇ ਪੂਰਾ ਨਹੀਂ ਹੁੰਦਾ।
ਹੁਣ ਆਪਾਂ ਕਿਸੇ ਤੇ ਬਿਲਕੁਲ ਹੀ ਕਿੰਤੂ ਨਾ ਕਰੀਏ ਤਾਂ ਵੀ ਆਪਾਂ ਨੂੰ ਇਹ ਤੇ ਪਤਾ ਨਾ ਵੀ ਕੋਈ ਨਿਰੰਕਾਰੀਆਂ ਪਿੱਛੇ ਤੁਰਿਆ ਫਿਰਦਾ, ਕੋਈ ਰਾਧਾ ਸਵਾਮੀਆਂ ਪਿੱਛੇ ਤੁਰਿਆ ਫਿਰਦਾ, ਕੋਈ ਨੂਰ ਮਹਿਲ ਦੇ ਗੇੜੇ ਕੱਢਦਾ ਫਿਰਦਾ, ਕੋਈ ਸੱਚੇ ਸੌਦੇ ਝੂਠੇ ਸੌਦੇ ਵੱਲ ਤੁਰਿਆ ਫਿਰਦਾ। ਉਹ ਵੀ ਆਪਣੇ ਆਪ 'ਚ ਸਮਝਦੇ ਅਸੀਂ ਗੁਰੂ ਵਾਲੇ ਹਾਂ, ਭਾਈ ਉਹ ਕਹਿੰਦੇ ਸਾਡਾ ਵੀ ਤੇ ਸਤਿਗੁਰੂ ਹੀ ਆ, ਪਰ ਪੱਕਾ ਪਤਾ ਜਿਸ ਦਾ ਆਪਣਾ ਛੁਟਕਾਰਾ ਨਹੀਂ ਉਹ ਕਿਸੇ ਦੂਸਰੇ ਦਾ ਛੁਟਕਾਰਾ ਨਹੀਂ ਕਰਾ ਸਕਦਾ, ਕਿਉਂਕਿ ਇਹ ਮਹਾਰਾਜ ਨੇ ਮੋਹਰ ਲਾ ਦਿੱਤੀ। ਉਹ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਮੁਕਤੀ ਉਹੀ ਦੇ ਸਕਦਾ ਆਪ ਮੁਕਤ, ਮੁਕਤ ਕਰੇ ਸੰਸਾਰ। ਜਿਹੜਾ ਖੁਦ ਬੰਧਨਾਂ ਤੋਂ ਛੁੱਟਾ ਉਹ ਸ਼ਰਨ ਵਿੱਚ ਆਉਣਿਆਂ ਨੂੰ, ਬੰਧਨ ਆਉਣ ਵਾਲਿਆਂ ਨੂੰ ਬੰਧਨਾਂ ਤੋਂ ਛੁਡਾ ਸਕਦਾ, ਦੂਜਾ ਨਹੀਂ। ਜੇ ਪੂਰਾ ਹੋਵੇ ਤਾਂ ਛੁਡਾ ਸਕਦਾ। ਉਹ ਗਰੀਬ ਸਿੱਖ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਕੀ ਰੱਖਿਆ? ਇੱਕ ਟਕਾ ਤੇ ਇੱਕ ਘਾਹ ਦੀ ਪੰਡ ਉਹਨਾਂ ਦੇ ਘੋੜੇ ਵਾਸਤੇ, ਤੇ ਜਹਾਂਗੀਰ ਅੱਗਿਆਂ ਚੁੱਕ ਲਈ ਸੀ। ਕਹਿੰਦਾ ਜੀ ਮੇਰਾ ਪ੍ਰਲੋਕ 'ਚ ਭਲਾ ਕਰ ਦਿਓ। ਕਹਿੰਦਾ ਪ੍ਰਲੋਕ 'ਚ ਨਹੀਂ, ਇਸ ਲੋਕ 'ਚ ਕੁਝ ਮੰਗੇ ਤੇ ਦੇ ਸਕਦਾ, ਪਰ ਜਿਸ ਭੁਲੇਖੇ ਤੂੰ ਆ ਗਿਆ ਉਹ ਤੇ ਅਗਲੇ ਤੰਬੂ 'ਚ। ਉਹਨੇ ਕਿਹਾ ਫਿਰ ਮੈਂ ਤੇਰੇ ਕੋ ਕੀ ਲੈਣਾ? ਆਪਣੀ ਘਾਹ ਦੀ ਪੰਡ ਵੀ ਚੱਕ ਲਈ ਤੇ ਟਗਾ ਵੀ ਚੱਕ ਲਿਆ, ਜਾ ਕੇ ਛੇਵੇਂ ਪਾਤਸ਼ਾਹ ਜੀ ਅੱਗੇ ਮੱਥਾ ਟੇਕਦਾ। ਮਗਰੇ ਮਗਰ ਜਹਾਂਗੀਰ ਆ ਗਿਆ। ਉਹ ਕਹਿੰਦਾ ਮਹਾਰਾਜ ਇੱਕ ਟਕੇ ਬਦਲੇ ਇਹਨੂੰ ਪ੍ਰਲੋਕ? ਉਹ ਕਹਿੰਦੇ ਗੱਲ ਟਕੇ ਦੀ ਨਹੀਂ ਹੈਗੀ, ਗੱਲ ਉਹਦੇ ਭਰੋਸੇ ਦੀ ਹੈ। ਉਹਨੂੰ ਇਹ ਪਤਾ ਵੀ ਤੂੰ ਉਹਨੂੰ ਕੀ ਦੇ ਸਕਦਾ, ਇੱਥੇ ਮਾਇਆ ਦੇ ਦੇਂਗਾ, ਖੁਸ਼ ਹੋ ਜਾਏਗਾ, ਘੋੜਾ ਦੇ ਦੇਂਗਾ, ਪਰ ਉਹਨੂੰ ਇਹ ਪਤਾ ਵੀ ਪ੍ਰਲੋਕ 'ਚ ਬਾਂਹ ਸਿਰਫ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸੀ ਫੜ ਸਕਦੇ, ਤੇਰੇ ਵੱਸ ਦੀ ਗੱਲ ਨਹੀਂ ਹੈਗੀ। ਇਸ ਕਰਕੇ ਬੇਫਿਕਰ ਹੋ ਕੇ ਉਹਨੇ ਚੱਕ ਲਿਆ ਸੀ ਉਹਦੇ ਅੱਗਿਓਂ ਆਪਣਾ ਜਿਹੜੀ ਪੇਟਾ ਸੀ। ਉਹਨੂੰ ਪਤਾ ਵੀ ਮਹਾਰਾਜ ਪੂਰੇ ਆ, ਇਹੀ ਪ੍ਰਲੋਕ 'ਚ ਬਾਂਹ ਫੜ ਸਕਦੇ। ਜੇ ਗੁਰੂ ਤਾਂ ਹੈ ਪਰ ਪੂਰਾ ਨਹੀਂ, ਤਾਂ ਫਿਰ ਸਿਰਫ ਇੱਕ ਮਨ ਨੂੰ ਭਰਮ ਹੀ ਆ, ਕਿਉਂਕਿ ਇਹ ਪੰਜਵੇਂ ਪਾਤਸ਼ਾਹ ਦਾ ਬਚਨ ਆ ਗਿਆ, ਉਹ ਜੋ ਭਰਮ ਭੁਲਾਵਾ ਕਹੀਅਤ। ਕਿਉਂਕਿ ਰਹਾਉ ਦੀਆਂ ਪੰਕਤੀਆਂ 'ਚ ਮਹਾਰਾਜ ਨੇ ਵਿਸ਼ੇਸ਼ਣ ਲਾ ਦਿੱਤਾ, ਬਿਨਗੁਰ ਪੂਰੇ ਜਨਮ ਮਰਨ ਨਾ ਰਹੇ। ਵਿਸ਼ੇਸ਼ ਗੱਲ ਦੱਸ ਦਿੱਤੀ ਹੈ, ਪੂਰੇ ਗੁਰੂ ਤੋਂ ਬਿਨਾਂ ਕੋਈ ਤੁਹਾਡਾ ਜਨਮ ਮਰਨ ਦਾ ਬੰਧਨ ਨਹੀਂ ਕੱਟ ਸਕਦਾ। ਪਰ ਬਹੁਤ ਲੋਕ ਇਸ ਭਰਮ 'ਚ ਪਏ ਰਹਿੰਦੇ, ਚਲੋ ਜੀ ਅਸੀਂ ਧਰਮੀ ਤਾਂ ਹੈਗੇ ਹੀ ਹਾਂ, ਕਿਉਂਕਿ ਕਿਸੇ ਨਾ ਕਿਸੇ ਗੁਰੂ ਦਾ ਪੱਲਾ ਫੜਿਆ ਹੁੰਦਾ, ਪਰ ਅਗਲੇ ਬਣੇ ਗੁਰੂ ਸਮਰੱਥ ਨਹੀਂ ਹੁੰਦਾ ਉਹ। ਹੁਣ ਸਿਆਣੇ ਕਹਿੰਦੇ ਗੁਰਮੁਖੋ, ਜੇ ਸਿੱਖ ਦੀ ਸ਼ਰਧਾ ਪੂਰੀ ਹੋਵੇ ਪਰ ਗੁਰੂ ਪੂਰਾ ਨਾ ਹੋਵੇ ਤਾਂ ਬੇੜੀ ਪਾਰ ਨਹੀਂ ਲੱਗਣੀ, ਫਿਰ ਨਹੀਂ ਬੇੜੀ ਪਾਰ ਲੱਗੇਗੀ। ਪਰ ਜੇ ਗੁਰੂ ਪੂਰਾ ਨਾ ਹੋਵੇ, ਗੁਰੂ ਪੂਰਾ ਹੋਵੇ ਪਰ ਸਿੱਖ ਦਾ ਪ੍ਰੇਮ ਤੇ ਸ਼ਰਧਾ ਪੂਰੀ ਨਾ ਹੋਵੇ, ਅਧੂਰੀ, ਫਿਰ ਠੇਡੇ ਖਾਂਦਾ, ਤਾਂ ਵੀ ਗੱਲ ਬੰਨੇ ਨਹੀਂ ਲੱਗਦੀ ਹੁੰਦੀ। ਆਪਣਾ ਭਰੋਸਾ ਵੀ ਪੂਰਾ ਹੋਵੇ ਤੇ ਅਗਲੇ ਬੰਨੇ ਗੁਰੂ ਪੂਰਾ ਹੋਵੇ, ਫਿਰ ਇਸ ਭਰਮ 'ਚ ਨਾ ਰਹੇ ਵੀ ਚਲੋ ਜੇ ਇੱਥੇ ਨਹੀਂ ਤੇ ਉੱਥੇ, ਅਸੀਂ ਤੇ ਨਮਸਕਾਰ ਹੀ ਕਰਨੀ, ਮੱਥਾ ਹੀ ਟੇਕਣਾ, ਜਿੱਥੇ ਮਰਜ਼ੀ ਟੇਕਿਆ ਗੱਲ ਨਹੀਂ ਬਣਦੀ ਹੁੰਦੀ। ਉਹ ਜੋ ਭਰਮ ਭੁਲਾਵਾ ਕਹੀਏ ਤੇ ਤਿੰਨ ਮੈਂ ਉਰਜੋ ਸਗਲ ਸੰਸਾਰਾ, ਕਹਿੰਦੇ ਬਸ ਇੱਕ ਭਰਮ ਹੈ ਮਨ ਦਾ ਜਿਸ ਵਿੱਚ ਸਾਰੀ ਦੁਨੀਆਂ ਫਸੀ ਹੁੰਦੀ ਹੈ, ਸਾਰਾ ਸੰਸਾਰ ਵੀ ਚਲੋ ਕੋਈ ਨਹੀਂ ਜੀ, ਸਾਨੂੰ ਕੀ, ਅਸੀਂ ਤਾਂ ਨਮਸਕਾਰ ਹੀ ਕਰਨੀ ਨਾ, ਇਵੇਂ ਨਹੀਂ ਕਹਿੰਦੇ। ਆਖਰ ਗੁਰੂ ਪੂਰਾ ਤੇ ਸਮਰੱਥ ਹੋਵੇਗਾ ਗੁਰਮੁਖੋ, ਤੇ ਫਿਰ ਹੀ ਸਿੱਖ ਦਾ ਬੇੜਾ ਬੰਨੇ ਲਾ ਸਕਦਾ, ਓਦਾਂ ਨਹੀਂ। ਤੇ ਆਪਾਂ ਨਾਲ ਨਾਲ ਤਕਰੀਬਨ ਵਿਚਾਰ ਕਰਦੇ ਰਹਿੰਦੇ ਹਾਂ ਵੀ ਜਦੋਂ ਪ੍ਰਕਰਮਾ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਖ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਫਿਰ ਸ਼ੰਕਾ ਨਹੀਂ ਰਹਿ ਗਿਆ ਬਾਕੀ ਕੋਈ ਵੀ ਕੌਣ ਪੂਰਾ ਤੇ ਕੌਣ ਅਧੂਰਾ। ਕਬੀਰ ਸਾਹਿਬ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤ ਏ ਭਰਮ ਨਾ ਜਾਏ, ਆਪ ਡੁੱਬੇ ਚਹੁ ਬੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਕੱਚੇ ਦਾ ਉਹਨੇ ਆਪ ਤੇ ਡੁੱਬ ਜਾਣਾ, ਗੁਰਮੁਖੋ ਚੇਲਿਆਂ ਨੂੰ ਵੀ ਨਾਲ ਹੀ ਲੈ ਜਾਂਦਾ ਹੁੰਦਾ। ਜਿਹੜਾ ਆਪਾਂ ਤਵਾਰੀਖ ਵੇਨੇ ਹਾਂ ਤੇ ਲਧਾਈ ਕੇ ਨਗਰ ਉਹ ਗੁਰਦੁਆਰਾ ਬਣਿਆ ਕਲਿਆਣ ਸਰ, ਜਿੱਥੇ ਉਹ ਸਾਰਾ ਇਤਿਹਾਸ ਹੀ ਇਹ ਲਿਖਿਆ ਵੀ ਕੱਚਾ ਪਿੱਲਾ ਸੀ, ਲੋਕਾਂ ਦੀ ਮਾਇਆ ਖਾਈ ਗਿਆ, ਪੂਜਾ ਕਰਵਾਈ ਗਿਆ, ਮੱਥੇ ਟਿਕਵਾਈ ਗਿਆ, ਪਰ ਕਿਸੇ ਨੂੰ ਪਾਰ ਨਹੀਂ ਸੀ ਲਾ ਸਕਦਾ, ਆਪ ਵੀ ਮਰ ਕੇ ਸੱਪ ਬਣਿਆ ਤੇ ਚੇਲਿਆਂ ਨੂੰ ਵੀ ਨਾਲ ਹੀ ਲਈ ਫਿਰਦਾ ਸੀ। ਛੇਵੇਂ ਪਾਤਸ਼ਾਹ ਜੀ ਨੇ ਉਹਦੀ ਕਲਿਆਣ ਕੀਤੀ, ਤਾਂ ਗੁਰਦੁਆਰੇ ਦਾ ਨਾਮ ਕਲਿਆਣ ਸਰ ਰੱਖਿਆ ਉੱਥੇ, ਤਾਂ ਕਿਉਂ, ਕਿਉਂਕਿ ਮਹਾਰਾਜ ਨੇ ਭਲਾ ਕਰ ਦਿੱਤਾ। ਕਹਿੰਦੇ ਸਿਰਫ ਇਹ ਦੱਸਣ ਲਈ ਵੀ ਆਹ ਜੇ ਦੇਖ ਲਓ ਇਹ ਪਖੰਡੀ ਸੀ, ਪੂਜਾ ਦਾ ਤੇ ਇਹਦਾ ਮਨ ਕਰਦਾ ਸੀ ਪਰ ਕਿਸੇ ਨੂੰ ਪਾਰ ਨਹੀਂ ਸੀ ਲਾ ਸਕਦਾ। ਇਹੀ ਗੱਲ ਭਾਈ ਗੁਰਦਾਸ ਜੀ ਨੇ ਆਖੀ ਵੀ ਪਿਰਥੀ ਚੰਦ ਤੇਰਾ ਜੀਤ ਕਰਦਾ, ਚੌਰ ਸਾਹਿਬ ਮੇਰੇ ਤੇ ਹੋਵੇ, ਲੋਕ ਮੈਨੂੰ ਮੱਥਾ ਟੇਕਣ, ਸਾਰੀ ਵਿਭੂਤੀ ਮੇਰੇ ਚਰਨਾਂ 'ਚ ਆਵੇ, ਪਰ ਜਿਸ ਦਿਨ ਕਿਸੇ ਸਿੱਖ ਨੇ ਅਰਦਾਸ ਕਰ ਦਿੱਤੀ ਉਹ ਕੌਣ ਪੂਰੀ ਕਰੂ? ਅਰਦਾਸ ਕਿਸੇ ਦੀ ਪੂਰੀ ਕਰਨ ਦਾ ਤੂੰ ਸਮਰੱਥ ਹੈ ਨਹੀਂ, ਉਹ ਪੰਜਵੇਂ ਪਾਤਸ਼ਾਹ ਹੀ ਹੈ। ਇਸ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸੰਗਤ ਲੈ ਕੇ ਭਾਈ ਗੁਰਦਾਸ ਜੀ ਆਪ ਆਏ, ਉਹਨਾਂ ਸੰਗਤ ਨੂੰ ਆਖਿਆ ਗੁਰਮੁਖੋ ਭੁਲੇਖੇ 'ਚ ਨਾ ਰਿਹਾ, ਚੌਥੇ ਪਾਤਸ਼ਾਹ ਜੀ ਨੇ ਆਪਣੀ ਥਾਂ 'ਤੇ ਸਿੰਘਾਸਨ 'ਤੇ ਇਹਨਾਂ ਨੂੰ ਬਿਠਾਇਆ ਜੇ, ਇਹ ਲੋਕ ਪ੍ਰਲੋਕ ਦੇ ਵੱਲ ਹੀ ਹੋਣਗੇ, ਜਿਹੜਾ ਇਹਨਾਂ ਦੇ ਸ਼ਬਦ 'ਚ ਆਵੇਗਾ ਜੀ ਸਦਕੇ ਜਾਵੇ, ਲੋਕ ਜਾਣ ਪ੍ਰਿਥੀ ਚੰਦ ਵੱਲ, ਪਰ ਕਿਸੇ ਦੀ ਬਾਂਹ ਨਹੀਂ ਫੜ ਸਕਦਾ, ਕਿਸੇ ਦੀ ਅਰਦਾਸ ਪੂਰੀ ਨਹੀਂ ਕਰ ਸਕਦਾ, ਕਿਸੇ ਦਾ ਭਲਾ ਨਹੀਂ ਕਰ ਸਕਦਾ, ਇੱਥੇ ਵੀ ਨਹੀਂ ਕਰ ਸਕਦਾ, ਪ੍ਰਲੋਕ 'ਚ ਤਾਂ ਗੱਲ ਹੀ ਦੂਰ। ਇੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਪੂਰੇ ਹੀ ਸੀ ਅਤੇ ਸਿੱਖ ਨੇ ਅਰਦਾਸ ਕੀਤੀ ਅਤੇ ਬੇੜਾ ਬੰਨੇ ਲਾਤਾ,
ਬਾਬੇ ਮੱਖਣ ਸ਼ਾਹ ਦਾ, ਕਿਉਂਕਿ ਪੂਰਾ ਹੀ ਸਾਧ ਸੰਗਤ ਜੀ ਕਰ ਸਕਦਾ ਕਿਰਪਾ। ਇਸ ਲਈ ਕਹਿੰਦੇ ਇਸ ਭਰਮ 'ਚ ਨਾ ਰਹਿ ਜੇ ਅਜੇ ਵੀ ਚਲੋ ਕੋਈ ਨਹੀਂ ਜੀ ਇੱਥੇ ਨਹੀਂ ਤਾਂ ਉੱਥੇ ਟੇਕ ਲੈਂਦੇ, ਮੱਥਾ ਟੇਕਣਾ ਪੂਰੇ ਨੂੰ ਟੇਕਣਾ ਪੈਣਾ ਪੂਰੇ ਨੂੰ। ਉਹ ਜੋ ਭਰਮ ਭੁਲਾਵਾ ਕਿਹੇ ਤਾਂ ਤੈਨੂੰ ਮੈਂ ਉਰਜੋ ਸਗਲ ਸੰਸਾਰ ਆ। ਕਹਿੰਦੇ ਇਸ ਭਰਮ ਵਿੱਚ ਵੀ ਬਹੁਤ ਲੋਕ ਫਸੇ ਹੁੰਦੇ। ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਕ ਤੇ ਨਿਆਰਾ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਪਰਿਪੂਰਨ ਹੈ। ਜੇ ਉਸ ਪਰਮਾਤਮਾ ਦਾ ਗੁਰਮੁਖੋਂ ਕੋਈ ਭਗਤ ਬਣਦਾ ਤੇ ਫਿਰ ਉਹ ਸਾਰੇ ਦੁਨੀਆਂ ਦੇ ਰੰਗ ਤਮਾਸ਼ਿਆਂ ਤੋਂ ਅਸੰਗ ਹੁੰਦਾ, ਨਿਰਾਲਾ ਹੁੰਦਾ ਜਿਹੜਾ ਭਗਤ ਹੈ ਪਰਮਾਤਮਾ ਦਾ। ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਕ ਤੇ ਨਿਆਰਾ, ਕਹਿੰਦੇ ਉਹ ਦੁਨੀਆਂ ਵਾਲੀ ਉਹਦੀ ਸਾਧ ਸੰਗਤ ਦੀ ਚਾਲ ਨਹੀਂ ਹੁੰਦੀ, ਜੀਵਨ ਜਾਚ ਨਹੀਂ ਹੁੰਦੀ, ਮਰਿਆਦਾ ਭਗਤਾਂ ਦੇ ਜੀਵਨ ਦੀ ਆਮ ਲੋਕਾਂ ਵਾਲੀ ਨਹੀਂ ਹੁੰਦੀ। ਮਹਾਰਾਜ ਨੇ ਬਚਨ ਕੀਤੇ ਨੇ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਏ। ਕਹਿੰਦੇ ਜੋੜ ਮੇਲਾ ਨਹੀਂ ਬਹਿੰਦਾ ਹੁੰਦਾ, ਇੱਕ ਬੰਨੇ ਸੰਸਾਰੀ ਬਿਰਤੀ ਹੋਵੇ, ਇੱਕ ਬੰਨੇ ਭਗਤ ਦੀ ਬਿਰਤੀ, ਜ਼ਮੀਨ ਅਸਮਾਨ ਦਾ ਫਰਕ ਹੋਣਾ ਉਹਦੇ 'ਚ। ਕਿਉਂ? ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ। ਤਾਜ ਦਾ ਅਰਥ ਹੁੰਦਾ ਛੱਡਣਾ, ਚਾਲ ਦਾ ਅਰਥ ਹੁੰਦਾ ਮਰਿਆਦਾ। ਕਹਿੰਦੇ ਗੁਰਮੁਖੋ ਭਗਤਾਂ ਦੀ ਮਰਿਆਦਾ ਹੋਰ ਹੈ, ਦੁਨੀਆਂ ਵਾਲੀ ਨਹੀਂ ਹੁੰਦੀ ਉਹ। ਕਿਉਂ? ਕਿਉਂਕਿ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਉਹਨੇ ਲੱਭ ਛੱਡਣਾ, ਲੋਭ ਛੱਡਣਾ, ਅਹੰਕਾਰ ਛੱਡਣਾ, ਤ੍ਰਿਸ਼ਨਾ ਛੱਡਣੀ ਭਗਤ ਨੇ, ਤਾਂ ਦੁਨੀਆਂ ਨੇ ਸਾਰਾ ਕੁਝ ਜੱਫਾ ਮਾਰਨਾ। ਇਸ ਲਈ ਕਹਿੰਦੇ ਨੇ ਇਹ ਉਹਨਾਂ ਦੀ ਤੇ ਸੰਸਾਰੀ ਬੰਦੇ ਦੀ, ਦੂਸਰੇ ਦੀ ਜ਼ਮੀਨ ਅਸਮਾਨ ਦਾ ਫਰਕ ਆ। ਉਹਦਾ ਸੁਭਾਅ ਹੋਰ ਹੋਣਾ, ਸੰਸਕਾਰ ਹੋਰ ਹੋਣੇ, ਦੂਜੇ ਦੇ ਹੋਰ ਹੋਣੇ। ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਕ ਤੇ ਨਿਆਰਾ, ਨਿਆਰਾ ਦਾ ਅਰਥ ਹੈ ਨਿਰਾਲਾ, ਥੋਕ ਦਾ ਅਰਥ ਹੈ ਦੁਨੀਆਂ ਦੇ ਜਿੰਨੇ ਰੰਗ ਤਮਾਸ਼ੇ ਨੇ ਇਹਨਾਂ ਤੋਂ ਭਗਤ ਸਾਧ ਸੰਗਤ ਜੀ ਵੱਖਰਾ ਹੁੰਦਾ। ਭਗਤ ਨੇ ਨੂੰ ਇਹ ਚੀਜ਼ਾਂ ਜਿਹੜੀਆਂ ਇਹ ਵਿਆਪਦੀਆਂ ਨੇ, ਕਿਉਂਕਿ ਸਗਲ ਸਮੱਗਰੀ ਮੋਹ ਵਿਆਪੀ ਕਾਬੂ ਚ ਕਬ ਨੀਚੇ। ਕਹਿੰਦੇ ਗੁਰਮੁਖੋ ਮੋਹ ਦੇ ਵਿੱਚ ਬਾਕੀ ਸਾਰੀ ਦੁਨੀਆਂ ਹੁੰਦੀ, ਪਕੜ 'ਚ ਹੁੰਦੇ ਲੋਕ ਸਾਰੇ ਮੋਹ 'ਚ, ਪਰ ਜਿਹੜਾ ਭਗਤ ਹੈ ਪਰਮਾਤਮਾ ਦਾ ਉਹ ਇਹਦੇ ਤੋਂ ਵੀ ਸਾਧ ਸੰਗਤ ਜੀ ਅਸੰਗ, ਇਹਦੇ ਤੋਂ ਵੀ ਨਿਆਰਾ ਹੁੰਦਾ। ਨਿੰਦੋ ਨਾ ਹੀ ਕਾਹੂ ਬਾਤ ਇਹੋ ਖਸਮ ਕਾ ਕੀ ਆ। ਪਰ ਹੁਣ ਅਗਲਾ ਬਚਨ ਕਮਾਲ ਹੀ, ਮਹਾਰਾਜ ਕਹਿੰਦੇ ਫਿਰ ਵੀ ਜੋ ਕੁਝ ਆ ਵੀ ਗੁਰਮੁਖੋ ਇਹ ਸੰਸਾਰ ਦੀ ਨਿੰਦਿਆ ਨਾ ਕਰੋ, ਕਿਉਂਕਿ ਇਹ ਪਰਮਾਤਮਾ ਨੇ ਬਣਾਇਆ, ਅਕਾਲ ਪੁਰਖ ਵਾਹਿਗੁਰੂ ਦਾ ਪੈਦਾ ਕੀਤਾ ਸਾਰਾ ਸੰਸਾਰ। ਇਸ ਕਰਕੇ ਸਾਡੇ ਕੋਈ ਅਧਿਕਾਰ ਨਹੀਂ ਵੀ ਅਸੀਂ ਕਿਸੇ ਦੀ ਨਿੰਦਿਆ ਕਰਕੇ ਆਖੀਏ ਤੂੰ ਮਨਮੁੱਖ ਹੈ, ਤੂੰ ਫਲਾਣਾ, ਤੂੰ ਪਰਮਾਤਮਾ ਦਾ ਬਣਾਇਆ। ਹਰੇਕ ਦੀ ਕਰਮ ਗਤੀ ਮੱਥੇ 'ਤੇ ਲਿਖੀ ਆ, ਔਰ ਆਪਣੀ ਮੱਥੇ 'ਤੇ ਲਿਖੀ ਪ੍ਰਾਪਤ ਅਨੁਸਾਰ ਹਰ ਜੀਵ ਕਰਮ ਕਰਦਾ ਪਿਆ। ਕਿਸੇ ਨੂੰ ਇਹ ਅਧਿਕਾਰ ਨਹੀਂ ਦਿੱਤਾ ਵੀ ਕੋਈ ਕਿਸੇ ਦੀ ਨਿੰਦਿਆ ਕਰੇ। ਇਸ ਲਈ ਮਹਾਰਾਜ ਆਖਿਆ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁੱਖ ਮੁਗਧ ਕਰਨ। ਕਹਿੰਦੇ ਮੂਰਖ ਦੀ ਨਿਸ਼ਾਨੀ ਹੁੰਦੀ ਐਵੇਂ ਨਿੰਦਾ ਦੀ ਪੰਡ ਲੋਕਾਂ ਦੇ ਸਿਰ 'ਤੇ ਚੱਕੀ ਫਿਰਦਾ। ਨਿੰਦਾ ਕਿਸੇ ਦੀ ਵੀ ਨਹੀਂ ਕਰਨੀ, ਕਰ ਨਹੀਂ ਸਕਦੇ ਆਪਾਂ। ਬੇਸ਼ੱਕ ਆਪਾਂ ਨੂੰ ਪ੍ਰਤੱਖ ਕਿਸੇ ਦਾ ਉਗਣ ਦਿਸੀ ਜਾਵੇ ਤਾਂ ਵੀ ਆਪਾਂ ਨੂੰ ਇਹ ਖੁੱਲ੍ਹ ਨਹੀਂ ਦਿੱਤੀ ਮਹਾਰਾਜ ਤੂੰ ਨਿੰਦਾ ਕਰ ਕਿਸੇ ਦੀ। ਹਾਂ, ਉਹ ਆਪਣੇ ਕਰਮ ਦਾ ਜ਼ਿੰਮੇਵਾਰ ਹੈ ਜੋ ਉਹ ਕਰਦਾ ਪਿਆ। ਕਹਿੰਦੇ ਤੈਨੂੰ ਨਹੀਂ, ਤੇਰੇ ਕੋਲ ਨਿੰਦਿਆ ਦੇ ਵਾਸਤੇ ਨਹੀਂ ਹੈਗਾ ਅਧਿਕਾਰ। ਨਿੰਦੋ ਨਾ ਹੀ ਕਾਹੂ ਬਾਤ ਹੈ ਉਹ ਖਸਮ ਕਾ ਕੀ ਆ। ਕਹਿੰਦੇ ਪਰਮਾਤਮਾ ਦਾ ਕੀਤਾ ਕਿਸੇ ਗੱਲ ਕਰਕੇ ਵੀ ਤੂੰ ਨਿੰਦਾ ਨਹੀਂ ਕਰ ਸਕਦਾ। ਜਾ ਕੋ ਕਿਰਪਾ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾ ਉਲੀ ਆ। ਕਹਿੰਦੇ ਜਿਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਨਾਮ ਦਾ ਆਸਰਾ ਲਿਆ, ਜਿਹਨਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ। ਨਾਮ ਦਾ ਆਸਰਾ ਲੈਣ ਕਰਕੇ ਸਾਧ ਸੰਗਤ ਜੀ ਅਸਲ 'ਚ ਫਿਰ ਸੰਸਕਾਰਾਂ 'ਚ ਤਬਦੀਲੀ ਹੁੰਦੀ। ਅੱਜ ਵਿਸ਼ੇਸ਼ ਤੌਰ 'ਤੇ ਗੁਰਮੁਖ ਪਰਿਵਾਰ ਨੇ ਭਾਈ ਹਰਪ੍ਰੀਤ ਸਿੰਘ ਜੀ, ਬੀਬੀ ਦਵਿੰਦਰ ਕੌਰ, ਉਹਨਾਂ ਨੇ ਆਪਣੀ ਦੋਹਤਰੀ ਪ੍ਰਭ ਮੇਹਰ ਕੌਰ ਦਾ ਜਨਮ ਦਿਨ ਮਨਾਇਆ ਤੇ ਆਸਾ ਜੀ ਦੀ ਵਾਰ ਆਹ ਸਾਰਾ ਸਮਾਗਮ ਲੰਗਰ ਸੇਵਾ ਗੁਰੂ ਘਰ ਦੀ ਸੰਗਤਾਂ ਦੇ ਪਰਿਵਾਰ ਕਰਦਾ ਪਿਆ। ਕੀ ਫਰਕ ਪਵੇਗਾ ਜੀ, ਜਨਮ ਦਿਨ ਤਾਂ ਕਈ ਤਰੀਕਿਆਂ ਨਾਲ ਮਨਾ ਲਈਦਾ। ਘਰੇ ਕੇਕ ਕੱਟ ਕੇ ਲੋਕ ਮਨਾ ਲੈਂਦੇ ਨੇ, ਢੋਲ ਢਮੱਕਾ ਹੋ ਜਾਂਦਾ, ਕਈਆਂ ਪਾਰਟੀ ਬੁੱਕ ਕੀਤੀ ਹੁੰਦੀ। ਮਹਾਰਾਜ ਦੇ ਦਰ 'ਤੇ ਆਣ ਕੇ ਜਿਹੜਾ ਜਨਮ ਦਿਨ ਮਨਾਇਆ ਕੋਈ ਫਰਕ ਤਾਂ ਹੋਵੇਗਾ ਨਾ। ਕੀ ਫਰਕ ਹੈ ਜੀ? ਭਾਈ ਗੁਰਦਾਸ ਜੀ ਨੇ ਬਚਨ ਲਿਖੇ, ਉਹ ਕਹਿੰਦੇ ਨੇ ਆਪਾ ਛੋੜ ਗੋਈ ਜੋਈ ਗੁਰ ਚਰਨ ਸ਼ਰਨ ਗਏ ਰਹੇ ਨਿਰਦੋਖ ਮੋਖ ਅਣਦ ਬਨੋਦ ਕੋ। ਕਹਿੰਦੇ ਗੁਰਮੁਖੋ
महाराज सच्चे पातशाह जी की शरण विच आण के जो नाम जप के आप अरदास बेनती करते हैं तो गुरु साहब जी दोष मुक्ति कर देंगे बंदे, ऐसी कृपा हो जाती। उन्होंने बड़े कमाल के प्रमाण दे, कहते जैसे एक जननी के होते हैं अनेक सुत साहब ही मैं अधिक प्यारो सुत गोद को, सियाने सुत बणज बिहार की विचार बिखै गोद में अचेत हेत संपे न सहोद को, पलना सवाए माए गृह काज लागे जाए सुन सुत रुदन पै पियावे मन मोद को, आपा खोए जोई गुर चरण शरण गए रहे निर्दोख मोख अणद बनोद को। यह फर्क पैंदा महाराज की हजूरी चाउण दा, उवें जिवें मर्जी मनाईए पर जिवें मर्जी मनाएगा तो गुरु साहब जी के चरणां च कीती अरदास दा जमीन असमान का फर्क पैणा। भाई गुरुदास जी कहिंदे जिवें किसी मां दे चार पांच बच्चे है, उन्हें माता नूं जाके पुछे भी तैनूं इन्हां चों सब तों वध प्यारा किहड़ा, वह कहिंदे मां नहीं दसदी, कदे ना दसेगी, उन्हूं सारे इक्को जिहे। पर फिर भी भाई गुरुदास जी कहिंदे सियाणे लोग अंदाजा ला लैंदे हुंदे किहनूं वध प्यार करदे, पुछिया जी किहनूं करदे आ, वह कहिंदे जिहड़ा उहदी गोद च, जैसे एक जननी के होते हैं अनेक सुत साध ही सब ही मैं अधिक प्यारो सुत गोद को। भाई गुरुदास जी कहिंदे जिहड़ा गोद वाला उन्हूं मां बहुत प्यार करती। तो फिर पुछो भी भाई गुरुदास जी जिहड़े वड्डे हो गए हो उन्हां नूं हुण प्यार नहीं करती माता? वह कहिंदे नहीं, उन्हां नूं भी करती है, पर उन्हां नूं प्यार करन दे पिछे कोई कारण है। सियाणे सुत बणज बिहार की विचार बिखै, कहिंदे जिहड़े सियाणे हो चुके ने वह वणज विहार करना जानते आ, सत्कार करते आ, आग्या च रहिंदे आ, पैरां नूं हथ लाउंदे, तां फिर प्यार करदी उन्हां नूं, क्योंकि कारण बन गया, क्योंकि कार विहार की सोझी चंगी रखदे ना, इस करके करदी भी चंगी कमाई करदे जी, चंगे संस्कार आ, मेरा सत्कार करदे आ। सियाणे सुत बणज बिहार की विचार बिखै गोद में अचेत हेत संपे ना सूद, कहिंदे जिहड़ा गोद वाला उहते अचेत आ, उहनूं ते पता ही कुछ नहीं, ना उन्हें कोई कार विहार की सोझी, ना कुछ कमा के लिया के देना, यह भी नहीं पता भी इन्हें सत्कार करना कि नहीं करना, पर कहिंदे किवें मथा चुमदी उहदा वार वार। वो जिहड़ा गोद वाले नाल प्रेम है कहिंदे वह बिना किसी स्वार्थ के बिना किसी लालच के है। वड्डे नाल अगर कोई करता तो आप देखते हैं समाज च ही रहने आप, जे कोई अपने सियाने हुए बच्चे नाल करता है मतलब बच्चा आग्याकार है, कुछ कमाई करता कार विहार करता, नहीं करता तो कह देंगे मापे तेन बेदखल किया बी तू किसे तुरै फिर उदा ही, वो पिछे तो कोई कारण है। पर जो गोद वाला वो पिछे भाई गुरुदास जी कहते कोई कारण नहीं होता मां दे प्यार कर। गोद में अचेत हेत संपे ना सहोद को, पलना सवाए माए गृह काज लागे जाए, कहिंदे पंगूड़े च पा के मां ते अपना घर का काम करन लग पैंदी। सुन सुत रुदन, रुदन हुंदा रोना, कहिंदे पुत्र दा रोना सुन के पहली आवाज वह पंगूड़े चो जदों रोंदा, सुन सुत रुदन पै पियावे मन मोद को, कहिंदे मां हाथ वाला जरूरी काम छड के भज के जाके पहला उन्हें चुकदी, उन्हें दुध पियांदी, उन्हें चुप कराउंदी, इन्ना भी नहीं रोना वह सुन जर नहीं सकती, कहिंदे कोई कारण नहीं है हले पिछे वे प्यार करन दा। पर वो बिना कारण दे निरस्वार्थ प्रेम करती है अपने बच्चे, वह रोना नहीं जर सकती, उन्हें पता पंगूड़े च पिया, उन्हें बोल के तो आवाज मार के कुछ मंगना ही नहीं, मां नूं ख्याल रखना पैना, उहदी भुख दा, उहदे सौण दा, उहदे उठण दा, उहदे नहाउण धोण दा सारा प्रबंध बिना उहदे कहे ते मां नूं फिकर हुंदा। पलना सवाए माए गृह काज लागे जाए सुन सुत रुदन पै पियावे मन मोद को, आपा खोए जोई गुर चरण शरण गए, कहिंदे जिवें गोद वाले बच्चे नूं मां बिना उहदे गुण उगण जाने तो उहदे नाल प्रेम करदे, जिहड़े गुरु साहिब जी दी गोद विच आण के बहिंदे जिहड़े निम्रता नाल, आपा खोए दा अर्थ हुंदा हंकार छड के, जिहड़े महाराज दी गोद विच आण के बैठणगे ना गुरमुखो, रहे निर्दोख मोख अणद बनोद को, कहिंदे उहनां दे सारे दोष माफ करके ते महाराज उहनां नूं आनंद बख्श देंदे, इत्थों तक भी मुक्ति दा आनंद भी दे देणगे बिना उहनां दा कोई गुण उगण विचारे तो, जिवें गोद वाले बच्चे दा बिना कोई गुण उगण विचारे तो मां प्यार करी जांदी, इवें गुरु साहब जी की गोद च बैठण वालियां उत्ते गुरु साहब जी की कृपा हुंदी है। भाई गुरदास जी के बचन है ते महाराज की हजूरी गुरु की गोद आप सुनते ना, कहिंदे जी तुसीं गुरु की गोद च बैठ के कीर्तन का आनंद माणे, हुण तुसीं महाराज की निघी गोद च बैठ के कथा का आनंद माणो, संगत गुरु की हजूरी ही गुरु की गोद है,
ਤੇ ਜਦੋਂ ਆਪਾਂ ਮਹਾਰਾਜ ਦੀ ਗੋਦ ਚ ਆਣ ਕੇ ਬੈਠਾਂਗੇ, ਇੱਥੇ ਬਾਣੀ ਪੜੇ ਜਾਵੇਗੀ, ਅਰਦਾਸ ਕਰਾਂਗੇ, ਸਾਰੇ ਦੋਸ਼ ਕੱਟੇ ਜਾਣਗੇ, ਆਨੰਦ ਬਖਸ਼ ਦੇਣਗੇ ਮਹਾਰਾਜ। ਇਹ ਫਰਕ ਹੈ ਜਦੋਂ ਮਹਾਰਾਜ ਜੀ ਦੀ ਗੋਦ ਚ ਆਪਾਂ ਲੈ ਕੇ ਆਉਂਦੇ। ਨਹੀਂ ਤਾਂ ਜਨਮ ਦਿਨ ਮਨਾਉਣ ਦੇ ਤਾਂ 50 ਤਰੀਕੇ, ਜਿਵੇਂ ਮਰਜ਼ੀ ਆਪਣਾ ਮਨ ਪ੍ਰਸੰਨ ਕਰ ਲਓ, ਪਰ ਮਹਾਰਾਜ ਦੇ ਘਰ ਆਣ ਕੇ ਅਰਦਾਸ ਕਰਨੀ, ਸੰਗਤ ਦੀ ਸੇਵਾ ਕਰਨੀ, ਗੁਰੂ ਸਾਹਿਬ ਜੀ ਦਾ ਜਸ ਕਰਨਾ, ਇਹਦੇ ਨਾਲ ਗੁਰਮੁਖੋ ਸੰਸਕਾਰਾਂ ਚ ਤਬਦੀਲੀ ਹੁੰਦੀ। ਕਿਰਪਾ ਕਰਦੇ ਮਹਾਰਾਜ। ਸੋ ਯਤਨ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵੀ ਇਵੇਂ ਹੀ ਆਪਾਂ ਬੱਚਿਆਂ ਲਈ ਅਰਦਾਸ ਕਰਵਾਇਆ ਕਰੀਏ। ਸਭ ਨੂੰ ਆਪਾਂ ਨੂੰ ਯਤਨ ਕਰਨਾ ਚਾਹੀਦਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਪਹਿਲਾਂ ਬੜੀ ਸੋਹਣੀ ਮਰਿਆਦਾ ਹੁੰਦੀ ਸੀ, ਜਦੋਂ ਬੱਚੇ ਨੇ ਜਨਮ ਲੈਣਾ ਤਾਂ ਸਾਰੀ ਬਰਾਦਰੀ ਨੇ ਪੁੱਛਣਾ ਵੀ ਇਹਨੂੰ ਮਹਾਰਾਜ ਦੇ ਚਰਨੀ ਕਦੋਂ ਲਾਉਣਾ, ਤਾਂ ਉਹਨਾਂ ਨੇ ਆਖਣਾ ਜੀ ਫਲਾਣੇ ਦਿਨ। ਇੱਕ ਦਿਨ ਮਿੱਥਿਆ ਹੋਣਾ, ਉਸ ਦਿਨ ਸਾਰੀ ਸੰਗਤ ਇਕੱਠੀ ਹੋਣੀ, ਸਾਰੇ ਰਿਸ਼ਤੇਦਾਰ, ਫਿਰ ਬੱਚੇ ਨੂੰ ਲੈ ਕੇ ਮਹਾਰਾਜ ਦੀ ਹਜ਼ੂਰੀ 'ਚ ਆਉਣਾ, ਫਿਰ ਦੇਗ ਬਣਾਉਣੀ, ਫਿਰ ਅਰਦਾਸ ਕਰਨੀ ਬੱਚੇ ਦੇ ਵਾਸਤੇ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਉਣੀ, ਅਤੇ ਫਿਰ ਕਹਿਣਾ ਜੀ ਅੱਜ ਇਹਨੂੰ ਆਪਾਂ ਮਹਾਰਾਜ ਦੇ ਚਰਨੀ ਲਾ ਦਿੱਤਾ। ਇਹ ਲਿਖੀ ਹੋਈ ਮਰਿਆਦਾ ਸੀ ਪਹਿਲਾਂ ਆਪਣੀ ਵੀ ਜਦੋਂ ਕਿਸੇ ਸਿੱਖ ਦੇ ਘਰੇ ਕੋਈ ਬੱਚਾ ਬੱਚੀ ਜਨਮ ਲਵੇ, ਇੱਕ ਦਿਨ ਮਿੱਥ ਕੇ ਤੇ ਪਹਿਲਾਂ ਉਹਨੂੰ ਮਹਾਰਾਜ ਦੇ ਚਰਨੀ ਲਾਓ, ਫਿਰ ਉਹ ਲਾਈਨ ਵਿੱਚੋਂ ਕੱਟ ਹੀ ਦਿੱਤੀ ਹੌਲੀ ਹੌਲੀ, ਕਿਉਂਕਿ ਮਹਾਰਾਜ ਦੇ ਚਰਨਾਂ 'ਚ ਜਦੋਂ ਆਪਾਂ ਲੈ ਕੇ ਆਵਾਂਗੇ, ਅਰਦਾਸ ਬੇਨਤੀ ਕਰਾਂਗੇ, ਗੁਰੂ ਸਾਹਿਬ ਜੀ ਇਹ ਗੋਦ ਹੈ ਮਹਾਰਾਜ ਦੀ, ਬਿਨਾਂ ਗੁਣਾ ਉਗਣ 'ਚ ਤਾਰੇ ਤੋਂ ਮਹਾਰਾਜ ਕਿਰਪਾ ਕਰਨਗੇ। ਜਾ ਕੋ ਕਿਰਪਾ ਭਰੀ ਕਰੀ ਪ੍ਰਭ ਮੇਰੇ ਮਿਲ ਸਾਧ ਸੰਗਤ ਨਾਉ ਲੀਆ, ਕਹਿੰਦੇ ਜਿਹਨਾਂ ਉੱਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਉਹਨਾਂ ਸੰਗਤ 'ਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਗਰ ਸਾਰੀ ਸ੍ਰਿਸ਼ਟੀ ਉਹਦੀ ਸ਼ਰਨ 'ਚ ਆ ਜਾਏ ਤਾਂ ਸਾਰਿਆਂ ਦਾ ਉਧਾਰ ਕਰ ਦੇਣਗੇ ਮਹਾਰਾਜ, ਕਿਸੇ ਗਿਣਤੀ ਮਿਣਤੀ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਅਨਲਿਮਿਟਡ ਹੈ ਮਹਾਰਾਜ ਦੀ ਜਿਹੜੀ ਸਮਰੱਥਾ ਨਾ, ਇਹਦੀ ਕੋਈ ਲਿਮਿਟ ਨਹੀਂ ਹੈਗੀ। ਨਹੀਂ ਤਾਂ ਕਿਸੇ ਰਾਜੇ ਮਹਾਰਾਜੇ ਦਾਤੇ ਦੇ ਵੀ ਸਤਸੰਗ ਦੀ ਕੋਈ ਲਿਮਿਟ ਹੁੰਦੀ, ਦਾਨ ਕਰਨ ਵਾਲੇ ਦਾਨੀ ਨੂੰ ਵੀ ਇੱਕ ਲਿਮਿਟ 'ਚ ਦਾਨ ਕਰਨਾ ਪੈਂਦਾ, ਉਹਨੂੰ ਪਤਾ ਮੇਰੇ ਕੋਲ ਪਿੱਛੇ ਕਿੰਨਾ ਗਿਆ, ਉਨਾ ਹੀ ਕਰੇਗਾ। ਕੋਈ ਜਹਾਜ਼ ਹੈ, ਕੋਈ ਪਲੇਨ, ਕੋਈ ਸ਼ਿਪ, ਕੋਈ ਉਹਦੀ ਇੱਕ ਲਿਮਿਟ ਹੈ ਵੀ ਕਿੰਨੀ ਕਿੰਨਾ ਭਾਰ ਲੈ ਕੇ ਚੱਲ ਸਕਦਾ, ਲੋੜ ਤੋਂ ਜ਼ਿਆਦਾ ਪਾਵਾਂਗੇ ਡੁੱਬੇਗਾ। ਪਰ ਕਹਿੰਦੇ ਗੁਰੂ ਸਾਹਿਬ ਦੀ ਜਿਹੜੀ ਗੁਰਮੁਖੋ ਸਮਰੱਥਾ ਹੈ ਨਾ, ਇਹ ਅਨਲਿਮਿਟਡ ਹੈ। ਸਾਰਾ ਸੰਸਾਰ ਰਾਜੇ ਮਹਾਰਾਜ ਦੀ ਗੋਦ ਵਿੱਚ ਸਾਰਿਆਂ ਨੂੰ ਤਾਰ ਦੇਣਗੇ ਮਹਾਰਾਜ, ਸਭ ਦਾ ਹੀ ਭਲਾ ਕਰ ਦੇਣ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ, ਕਹੋ ਨਾਨਕ ਗੁਰਬਿਨ ਨਹੀਂ ਤਰੀਆ ਪੂਰਨ ਤੱਤ ਵਿਚਾਰਾ। ਪਰ ਕਹਿੰਦੇ ਲਿਖ ਲਓ ਤੁਸੀਂ ਗੱਲ ਆਪਣੇ ਹਿਰਦੇ ਤੇ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਜੇ ਹੋਣਾ, ਤਰ ਨਹੀਂ ਸਕਦਾ ਬੰਦਾ। ਕਹੋ ਨਾਨਕ ਗੁਰਬਿਨ ਨਹੀਂ ਤਰੀਏ, ਕਦੀ ਵੀ ਨਹੀਂ ਤਰ ਸਕਦਾ ਕੋਈ ਬੰਦਾ, ਭਲਾ ਹੋਵੇ, ਨੇਕ ਹੋਵੇ, ਪਰਉਪਕਾਰੀ ਹੋਵੇ, ਚੰਗੇ ਕਰਮ ਕਰੇ, ਇਹ ਇੱਕ ਵੱਖਰਾ ਵਿਸ਼ਾ, ਗੁਰੂ ਵਾਲਾ ਹੋਣਾ ਇੱਕ ਵੱਖਰਾ ਵਿਸ਼ਾ। ਬੰਦਾ ਨੇਕ ਹੈ, ਭਲਾ ਹੈ, ਚੰਗੇ ਕਰਮ ਕਰਦਾ, ਆਪਣੀ ਧਰਮ ਦੀ ਕਿਰਤ ਕਰਦਾ, ਜੇ ਆਖਿਆ ਮੇਰੀ ਪਰਲੋਕ 'ਚ ਕਲਿਆਣ ਹੋ ਜਾਏਗੀ, ਬਿਲਕੁਲ ਨਹੀਂ। ਇਹ ਇੱਕ ਵੱਖਰੀ ਗੱਲ ਹੈ ਵੀ ਉਹ ਬੰਦਾ ਨੇਕ ਹੈ, ਭਲਾ, ਅਤੇ ਉਹਦੀ ਸੰਸਾਰ ਸੋਭਾ ਕਰੇਗਾ, ਉਹ ਸੁੱਖ ਵੀ ਮਾਣੇਗਾ ਸੰਸਾਰ 'ਤੇ, ਕਿਉਂਕਿ ਕਦੀ ਉਹਨੇ ਬੁਰਾ ਕੰਮ ਨਹੀਂ ਕੀਤਾ। ਪਰ ਬਿਨਾਂ ਗੁਰੂ ਤੋਂ ਆਖੇ ਪਰਲੋਕ 'ਚ ਮੁੱਖ ਉਜਲਾ, ਉਹ ਤਾਂ ਮਹਾਰਾਜ ਕਹਿੰਦੇ ਹੋ ਹੀ ਨਹੀਂ ਸਕਦਾ ਗੁਰਮੁਖੋ, ਉਹ ਰਸਤਾ ਹੀ ਉਸ ਪਾਸਿਓਂ ਬੰਦ ਹੈ। ਕਹੋ ਨਾਨਕ ਗੁਰਬਿਨ ਨਹੀਂ ਤਰੀਆ ਪੂਰਨ ਤੱਤ ਵਿਚਾਰਾ, ਕਹਿੰਦੇ ਇਹ ਤੁਹਾਨੂੰ ਪੂਰੇ ਤੱਤ ਦੀ ਗੱਲ ਦੱਸਦੇ ਪਏ ਆ, ਗੁਰੂ ਤੋਂ ਬਿਨਾਂ ਕੋਈ ਪ੍ਰਲੋਕ 'ਚ ਨਹੀਂ ਜੇ ਸਹਾਈ ਹੋਣਾ, ਬਿਨਾਂ ਗੁਰੂ ਤੋਂ। ਹਾਂ ਇਹ ਹੈਗਾ ਵੀ ਗੁਰੂ ਪੂਰੇ ਦੇ ਹੁੰਦਿਆਂ ਲੋਕ ਡੁੱਬੀ ਜਾਣ, ਇਹ ਤਾਂ ਬਹੁਤ ਵਾਰ ਇੱਦਾਂ ਹੋ ਸਕਦਾ ਵੀ ਮਹਾਰਾਜ ਤਾਂ ਸਮਰਾਥੀ ਨੇ, ਹੈਗੇ ਵੀ ਪੂਰੇ ਹੀ ਨੇ, ਪਰ ਫਿਰ ਵੀ ਦੁਨੀਆਂ ਡੁੱਬ ਰਹੀ ਹੈ, ਇੱਦਾਂ ਤਾਂ ਹੋ ਸਕਦਾ, ਪਰ ਪੂਰੇ ਗੁਰੂ ਦਾ ਪੱਲਾ ਫੜ ਕੇ ਕੋਈ ਤਰੇ ਨਾ, ਇੱਦਾਂ ਕਦੀ ਨਹੀਂ ਹੋਇਆ, ਇੱਦਾਂ ਨਹੀਂ ਹੋ ਸਕਦਾ, ਕਿਉਂਕਿ ਮਹਾਰਾਜ ਤਾਂ ਸਮਰਾਥੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਤਾਂ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਜੇ ਨਹੀਂ ਕਿਸੇ ਨੇ ਸ਼ਰਨ 'ਚ ਆਉਣਾ ਤਾਂ ਉਹਦੀ ਆਪਦੀ ਮਰਜ਼ੀ, ਭਾਵੇਂ ਸਾਰੀ ਦੁਨੀਆਂ ਡੁੱਬੇ, ਵੀ ਮਹਾਰਾਜ ਤਾਂ ਪੂਰੇ ਹੀ ਹੈ ਨਾ, ਅਗਰ ਨਹੀਂ ਕੋਈ ਆਉਂਦਾ ਤਾਂ ਡੁੱਬੇਗਾ ਹੀ। ਗੁਰੂ ਦੇ ਹੁੰਦਿਆਂ ਡੁੱਬ ਜਾਣਾ ਇਹ ਗੱਲ ਹੋ ਸਕਦੀ ਹੈ, ਪਰ ਮਹਾਰਾਜ ਦੀ ਸ਼ਰਨ 'ਚ ਆਣ ਕੇ ਕੋਈ ਤਰੇ ਨਾ, ਇਹ ਨਹੀਂ ਹੋ ਸਕਦਾ, ਕਿਉਂਕਿ ਜ਼ਿੰਮੇਵਾਰੀ ਹੁੰਦੀ ਫਿਰ ਮਹਾਰਾਜ ਦੀ, ਉਹਨਾਂ ਦਾ ਸੁਭਾਅ ਹੈ, ਬਿਰਧ ਹੈ ਮਹਾਰਾਜ ਦਾ। ਜੋ ਸਰਣ ਆਵੇ ਤਿਸ ਕੰਠ ਲਾਵੇ, ਹੈ ਬਿਰਧ ਸੁਆਮੀ ਸੰਧਾ, ਇਹ ਮਾਲਕ ਦਾ ਬਿਰਧ ਹੈ ਗੁਰਮੁਖੋ।
पर जे कोई हुण चढ़े ही ना जहाज ते हुण नानक नाम जहाज है या फिर कहिंदे वाहिगुरु नाम जहाज है चढ़े सो उतरे पार चढ़े सो उतरे पार है ना चढ़े ना ते किवें पार उतरे जे चढ़नगे उही पार उतरनगे दूसरे ने किवें पार जा सकदा जिहड़ा चढ़े ही ना जहाज ते उह किवें पार जावेगा भाई इसलिए महाराज ने मोहर ला दी है कहो नानक गुर बिन नहीं तरिया यह पूर्ण तत् विचारा कहिंदे पूरी तुहानू तत् दी विचार दस दी गुरु तो बिना वह भी पूरे तो पूरे गुरु तो बिना किसी का पार उतारा नहीं हो सकता भलियाई करनी नेकी करनी यह चंगे बंदियां दा कर्म हुंदा भावें किसी धर्म का भी हो हर धर्म के बंदे का यह फर्ज है भी चंगे कर्म करे नेकी करे भलियाई करे परोपकार करे परलोक विच पार उतारे वास्ते गुरु साहब जी का आसरा लेना पै सोठ महला पंजवा खोजत खोजत खोज बिचार्यो राम नाम तत् सारा कहिंदे खोज करके चंगी तरह खोज करके एक तत् हथ चाहिया परमात्मा दे नाम करके पार उतारा हुंदा जी परमेश्वर दे नाम करके संसार तो पार उतर सकते हैं कहिंदे खोज करके तुहानू दसदे पए पंजवें पातशाह जी दे बचन खोजत खोजत खोज बिचार्यो राम नाम तत् सारा कहिंदे चंगी तरह खोज करके इस तत् दी विचार हथ च आई है परमात्मा दे नाम करके पार उतारा होना किल बिख काटे निमख आराध्य एक निमख मात्र मन की एकाग्रता बनी कहिंदे सारे पाप कटे जाणगे सारे पाप उतर जाणगे किल बिख काटे किल बिख होवे कहिंदे वड्डे चार जिहड़े बज्जर पाप मन्ने गए ब्राह्मण कैली घात कंजका अणचारी का तान फिटक फिटका कोड़ बदिया सदा सदा अवमान पाहे ते जाहे विसर नानका एक नाम कहिंदे एक नाम दे कणके करके एडे वड्डे पाप भी बंदे ने कीते सब सब माफ हो जाएंगे उतर जाएंगे सब पाप उन्हां नूं किल बिख कहिंदे किल बिख काटे निमुख आराध्य एक निमुख निमुख हुंदा अख बंद करके खोलना पंद्रह निमखां का एक जसा हुंदा ते पंद्रह जसियां का एक विसा हुंदा पंद्रह निमखां का एक विसा हुंदा ते पंद्रह विसियां का एक जसा हुंदा तीह जसियां का एक पल हुंदा साठ पलां की एक घड़ी हुंदी इदां समें की वंड की गुरमुखां ने ते एक निमख कहिंदा अख बंद करके तुसीं खोलो इन्ने चिर च कहिंदे सारे पाप कट्टे जाणगे इन्ने चिर च बस मतलब एक वार वाहिगुरू आख्या सब पाप कट्टे जाणगे पर कदों जदों मन की एकाग्रता बनी जदों मर्जी नहीं जदों फुरना रुकिया इसे लिए गुरमुख रोज थोड़ा समा वाहिगुरु वाहिगुरु करते हैं महाराज की कृपा कदी तो वरती जाएगी को एक घड़ी वास्ते चेत की एकाग्रता बन गई बेड़े पार जदों भी इसे भाई गुरदास जी ने आख्या ना कोट बरसमर तप उर्दमुखी बसंतर मैं तन दा दया अमृत नाम विशेष तीजन एक बार श्री वाहिगुरु कहे कहिंदे इन्ना वड्डा महात्म सिर्फ एक बारी वाहिगुरु कहण दा है पर उदों जदों जपद्या जपद्या कि एक पल वास्ते एकाग्रता बन जाए एक पल ही मन जुड़ जाए बस जपद्या जपद्या बस उस वेले दा एक बार दा आख्या ही महाराज कहिंदे गुरमुखो सब पाप सब बंधन कट देवेगा एक चित जे एक छिन त्यायो काल फास के बीच ना आयो दसवें पातशाह जी दे बचन एक छिन विच कहिंदे काल दी फाई कटी जावेगी एक पल च बस उस पल दी उड़ीक वास्ते बंदा रोज वाहिगुरु करदा महाराज कृपा करो कदी एकाग्रता बन जाए बस एक पल ही फुरना रुकिया ओना ही बहुत है किल बिख काटे निमुख आराध्या कहिंदे एक निमुख की आराधना सारे पाप कट दे गुरमुख पार उतार कहिंदे मुखी गुरु समर्थ है पार उतारन वास्ते हर रस पी वह पुरख ज्ञानी कहिंदे ओ ज्ञानवानो पुरखो हरी रस चख्या करो गुरमुखो नाम रस चख्या करो सुन सुन महा तृप्त मन पावै कहिंदे अकाल पुरख वाहिगुरु के गुण सुन के उहदी शोभा सुन के मन नूं बड़ी तृप्ति हुंदी जदों आपां महाराज की शोभा सुनदे हां जे
ਜੇ ਭਾਗ ਚੰਗੇ ਹੋਣ ਤਾਂ ਸਾਧ ਸੰਗਤ ਜੀ ਮਹਾਰਾਜ ਦੀ ਸੋਭਾ ਸੁਣ ਕੇ ਆਨੰਦ ਆਉਂਦਾ, ਗੁਰੂ ਸਾਹਿਬ ਜੀ ਦੇ ਗੁਣ ਸੁਣ ਕੇ। ਗੁਰਮੁਖ ਬੰਦੇ ਨੂੰ ਚੰਗਾ ਪ੍ਰਕਾਸ਼ ਹੋਇਆ ਹੋਵੇ, ਚੰਗਾ ਗੁਰਦੁਆਰਾ ਸਾਹਿਬ ਹੋਵੇ, ਚੰਗਾ ਲੰਗਰ ਚੱਲਦਾ ਹੋਵੇ, ਚੰਗਾ ਪ੍ਰਬੰਧ ਹੋਵੇ, ਤਾਂ ਉਹਨੂੰ ਆਨੰਦ ਆਵੇਗਾ। ਜੇ ਬੁੱਧੀ ਪੁੱਠੇ ਪਾਸੇ ਲੱਗੀ ਹੋਵੇ ਤਾਂ ਮਹਾਰਾਜ ਦੀ ਸੋਭਾ ਬਿਲਕੁਲ ਚੰਗੀ ਨਹੀਂ ਲੱਗਦੀ, ਫਿਰ ਚੰਗੀ ਨਹੀਂ ਲੱਗਣੀ, ਫਿਰ ਮਨ 'ਚ ਖਿਝ ਆਈ ਜਾਂਦੀ, ਸਗੋਂ ਵੀ ਇਹਨਾਂ ਨੇ ਕੰਮ ਹੀ ਕੀ ਸਮਾਪਤੀ ਨਹੀਂ ਕਰਨੀ ਲੱਗਦੀ ਜਾਪਦੀ, ਕਿਹੜਾ ਕੰਮ ਫੜ ਲਿਆ ਇਹਨਾਂ ਨੇ। ਗੁੱਸੇ 'ਚ ਆਉਂਦਾ ਬੰਦਾ, ਖਿਝੀ ਜਾਂਦਾ ਹੁੰਦਾ, ਦੇਖੇ ਆਪਾਂ ਬੰਦੇ, ਕਿਉਂਕਿ ਉਹ ਅਸਲ 'ਚ ਬਹੁਤਾ ਉਸ ਪਾਸੇ ਮਨ ਦੀ ਖੁਰਾਕ ਹੈ ਨਹੀਂ, ਮਨ ਲੱਗਾ ਨਹੀਂ ਉਸ ਪਾਸੇ, ਤਾਂ ਮਹਾਰਾਜ ਦੀ ਵਡਿਆਈ ਚੰਗੀ ਨਹੀਂ ਲੱਗਦੀ। ਇਹ ਤਾਂ ਵਿਦਵਾਨਾਂ ਲਿਖਿਆ, ਉਹ ਕਹਿੰਦੇ ਨੇ ਪਰਿਪੂਰਨ ਪਾਪ ਕੇ ਕਾਰਨ ਤੇ ਭਗਵੰਤ ਕਥਾ ਨਾ ਰੁਚੇ ਜਿਨ ਕੋ, ਨੇਕ ਕੁਨਾਰ ਬੁਲਾਏ ਲਈ ਨਚਾਵਤ ਹੈ ਦਿਨ ਕੋ ਰਿਣ ਕੋਣ। ਜਿਹਨੇ ਦਿਨੇ ਰਾਤ ਨਾਚ ਹੀ ਵੇਖੀ ਜਾਣੇ ਉਹਨੂੰ ਉਹ ਚੰਗੇ ਲੱਗਦੇ, ਉਹਨੂੰ ਕਿੱਥੋਂ ਕਥਾ ਚੰਗੀ ਲੱਗਣੀ ਗੁਰਮੁਖੋ, ਕਥਾ ਥੋੜ੍ਹੀ ਚੰਗੀ ਲੱਗਣੀ ਉਹਨੂੰ। ਜਿਹੜਾ ਬੰਦਾ ਨਾਚ ਗਾਣੇ ਵੇਖਣ ਗਿੱਜਾ ਉਹਨੂੰ ਕਥਾ ਨਹੀਂ ਕਦੇ ਵੀ ਚੰਗੀ ਲੱਗੇਗੀ। ਇਹ ਲਿਖੇ ਹੋਏ ਬਚਨ ਹੈ ਵਿਦਵਾਨਾਂ ਦੇ, ਕਹਿੰਦੇ ਪਰਿਪੂਰਨ ਪਾਪ ਕੇ ਕਾਰਨ ਤੇ ਭਗਵੰਤ ਕਥਾ ਨਾ ਰੁਚੇ ਜਿਨ ਕੋ, ਪਰਮਾਤਮਾ ਦੀ ਕਥਾ ਕਹਿੰਦੇ ਗੁਰਮੁਖੋ ਉਹਨਾਂ ਬੰਦਿਆਂ ਨੂੰ ਨਹੀਂ ਚੰਗੀ ਲੱਗਦੀ ਹੁੰਦੀ। ਸਾਰਿਆਂ ਨੂੰ ਪਰਮਾਤਮਾ ਦੀ ਵਡਿਆਈ ਥੋੜ੍ਹਾ ਚੰਗੀ ਲੱਗਣ ਲੱਗ ਪੈਂਦੀ। ਤਿਨੇਕ ਕੁਨਾਰ ਬੁਲਾਏ ਲਈ ਨਚਾਵਤ ਹੈ ਦਿਨ ਕੋ ਰਿਣ ਕੋ। ਹੁਣ ਫਰਕ ਹੁੰਦਾ ਸਵੇਰਾ ਸਵੇਰਾ ਮੰਨ ਲਓ ਅੰਮ੍ਰਿਤ ਵੇਲਾ ਜਾਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਸਮਾਂ, ਉਦੋਂ ਬੰਦਾ ਨਾਚ ਵੇਖੀ ਜਾਵੇ, ਉਹ ਰਹਿ ਉਹ ਸਿੱਖ ਦਾ ਕੰਮ ਆ, ਉਦੋਂ ਰਹਿਰਾ ਸਾਹਿਬ ਦਾ ਪਾਠ ਕਰੇ, ਪਰ ਉਦੋਂ ਵੇਖੇ ਗਾਣੇ ਨਾਚ, ਤਾਂ ਫਿਰ ਉਹਨੂੰ ਆਖੇ ਤੂੰ ਕਥਾ ਸੁਣ, ਉਹਨੂੰ ਚੰਗੀ ਲੱਗੂਗੀ ਕਥਾ? ਉਹ ਤਾਂ ਸੰਸਕਾਰ ਹੀ ਹੈ ਨਹੀਂ ਐਸਾ, ਪਰਮਾਤਮਾ ਦੀ ਵਡਿਆਈ ਕਿੱਥੋਂ ਚੰਗੀ ਲੱਗਣੀ ਉਹਨੂੰ, ਕਦੇ ਨਾ ਚੰਗੀ ਲੱਗੇਗੀ। ਕਿਉਂ? ਕਿਉਂਕਿ ਉਹ ਰੇਖਾ ਨਹੀਂ ਐਸੀ ਹੈਗੀ। ਪਰਿਪੂਰਨ ਪਾਪ ਕੇ ਕਾਰਨ ਤੇ, ਕਹਿੰਦੇ ਅਸਲ 'ਚ ਚੱਲ ਤਰਿਆ ਪਾਪਾਂ ਦਾ ਸੰਸਕਾਰ, ਤਾਂ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ, ਤਾਂ ਆਪਾਂ ਆਖੀ ਇਹਨੂੰ ਕਥਾ ਚੰਗੀ ਲੱਗੇ, ਇੱਦਾਂ ਕਿੱਦਾਂ ਲੱਗੇਗੀ ਜੀ? ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ, ਕਹਿੰਦੇ ਅਸਲ 'ਚ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਸੁਣ ਕੇ ਆਨੰਦ ਆਉਂਦਾ ਗੁਰਮੁਖੋ, ਸੁਣ ਸੁਣ ਕੇ ਰਾਜ ਆ ਜਾਂਦਾ ਉਹਨਾਂ ਦਾ ਮਨ, ਤ੍ਰਿਪਤ ਹੋ ਜਾਂਦਾ ਮਹਾਰਾਜ ਦੀ ਵਡਿਆਈ ਸੁਣ ਕੇ, ਗੁਰੂ ਸਾਹਿਬ ਜੀ ਦੇ ਗੁਣ ਸੁਣ ਕੇ। ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ, ਕਹਿੰਦੇ ਮਹਾਰਾਜ ਦੇ ਮੁਖ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ ਸੁਣ ਸੁਣ ਕੇ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਕਹਿੰਦੇ ਸੁਣ ਕੇ ਹੀ ਭਲਾ ਹੋ ਗਿਆ ਜੇ ਮੇਰਾ ਗੁਰਮੁਖੋ, ਐਸੀ ਅੰਮ੍ਰਿਤ ਬਾਣੀ ਮਹਾਰਾਜ ਦੀ, ਬਸ ਸੁਣ ਸੁਣ ਕੇ ਭਲਾ ਹੋ ਗਿਆ, ਸੁਣ ਸੁਣ ਕੇ ਭਲਾ ਹੋ ਜਾਂਦਾ। ਸੁਣ ਕੇ ਉਹਨਾਂ ਲਿਖੀ ਨਾ ਉਹ ਲੁਧਿਆਣੇ ਵਾਲੇ ਡਾਕਟਰ ਸਾਹਿਬ ਨੇ, ਅਲੱਗ ਸਾਹਿਬ ਨੇ ਇੱਕ ਪੋਥੀ ਲਿਖੀ ਆ ਜੀ, ਪੜ੍ਹਿਓ ਕਦੀ ਲੈ ਕੇ, ਤਿੰਨ ਚਾਰ ਪੰਜ ਸੱਤ ਪੋਥੀਆਂ ਉਹਨਾਂ ਨੇ ਲਿਖੀਆਂ, ਫਰੀ ਸੇਵਾ ਕਰਦੇ ਨਾਲੇ ਉਹ, ਵੈਸੇ ਵੀ ਪੜ੍ਹੇ ਲਿਖੇ ਬੰਦੇ ਨੇ, ਵੈਲ ਐਜੂਕੇਟਡ ਬੰਦੇ, ਡਾਕਟਰ ਆ ਉਹ, ਉਹਨਾਂ ਨੇ ਆਪਣੇ ਜੀਵਨ ਦਾ ਤਜਰਬਾ ਲਿਖਿਆ। ਉਹ ਕਹਿੰਦੇ ਇੱਕ ਵਾਰੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਮਨ ਕੀਤਾ ਚਲੋ ਕੀਰਤਨ ਸੁਣ ਲਈਏ ਘੜੀ ਬੈਠ ਕੇ, ਕੀਰਤਨ ਸੁਣ ਲਈ ਬੈਠ ਗਏ, ਤੇ ਕਹਿੰਦੇ ਜਦ ਥੋੜ੍ਹੀ ਦੇਰ ਲਈ ਕੀਰਤਨ ਸੁਣਿਆ ਤਾਂ ਜਿਹੜਾ ਅਗਲੇ ਬੰਨੇ ਬੈਠਾ ਸੀ ਉਹਦੇ ਧਿਆਨ ਪਿਆ ਉਹਦੀ ਪਿੱਠ ਤੇ, ਬਜ਼ੁਰਗ ਅਗਲੇ ਬੰਨੇ ਕੀਰਤਨ ਸੁਣਦਾ ਪਿਆ ਬੜੇ ਆਨੰਦ ਨਾਲ ਚੌਂਕੜਾ ਮਾਰ ਕੇ, ਤੇ ਉਹਦੀ ਕਮੀਜ਼ ਪਾਟੀ ਤੇ ਉਹਨੇ ਟਾਕੀ ਲਾਈ ਪਿੱਛੇ, ਪਾਟੇ ਹੋਏ ਕੁੜਤੇ ਤੇ ਟਾਕੀ ਲਾਈ ਬਜ਼ੁਰਗ ਨੇ ਤੇ ਕੀਰਤਨ ਸੁਣ ਰਿਹਾ ਬੜੇ ਆਨੰਦ ਨਾਲ ਅੱਖਾਂ ਬੰਦ ਕਰਕੇ। ਉਹ ਲਿਖਦੇ ਕਹਿੰਦੇ ਸਾਡੇ ਮਨ 'ਚ ਆਇਆ ਵੀ ਚਲੋ ਵੇਖੋ ਕਿੰਨਾ ਗੁਰਮੁਖ ਹੈ, ਕਿੰਨੇ ਪ੍ਰੇਮ ਨਾਲ ਬੈਠਾ ਸੁਣਦਾ, ਇੱਥੇ ਸੰਗਤ 'ਚ ਬੈਠਾ ਦੇ ਵਿਚਾਰੇ ਨੇ ਕੁੜਤਾ ਪਾਟਾ ਪਾਇਆ, ਤੇ ਚਲੋ ਆਪਾਂ ਨੂੰ ਮਹਾਰਾਜ ਨੇ ਸਭ ਕੁਝ ਦਿੱਤਾ, ਇਹਨੂੰ ਐਂ ਕਰਦੇ ਇਹਨੂੰ ਇੱਕ ਕਮੀਜ਼ ਪਜਾਮਾ ਲੈ ਕੇ ਦੇ ਜਾਂਦੇ ਅੱਜ। ਹੁਣ ਉਹਨਾਂ ਲੁਧਿਆਣੇ ਦੀ ਬੱਸ ਫੜਨੀ ਸੀ ਤੇ ਉਹ ਉੱਠ ਨਹੀਂ ਰਿਹਾ, ਉਹ ਕਹਿੰਦੇ ਸਾਡਾ ਮਨ ਕਾਲਾ ਪਵੇ ਵੀ ਲੇਟ ਹੋ ਜਾਂਗੇ, ਇਹ ਉੱਠੇ ਤੇ ਇਹਦੀ ਸੇਵਾ ਕਰਕੇ ਜਾਈਏ। ਕਹਿੰਦੇ ਉਹ ਨਹੀਂ ਉੱਠਿਆ, ਬੈਠੇ ਰਹੇ, ਮਨ ਬੜਾ ਕਾਲਾ ਪਵੇ, ਬੱਸ ਫੜਨੀ ਆ, ਇਹ ਉੱਠਦਾ ਨਹੀਂ, ਬਜ਼ੁਰਗ ਉੱਠਦਾ ਤੇ ਆਪਾਂ ਕੁਝ ਇਹਨੂੰ ਦੇ ਜਾਂਦੇ, ਜਦੋਂ ਜ਼ਿਆਦਾ ਮਨ ਕਾਲਾ ਪਿਆ ਤਾਂ ਉਦੋਂ ਫਿਰ ਉਹ ਕਹਿੰਦੇ ਬਜ਼ੁਰਗ ਹਿੱਲਿਆ, ਉਹਨੇ ਚੌਂਕੜੀ ਖੋਲ੍ਹੀ, ਉੱਠਿਆ ਤਾਂ ਉੱਠਣ ਲੱਗਾ, ਮੋਢੇ 'ਤੇ ਹੱਥ ਲਾ ਕੇ ਕਹਿੰਦਾ ਸਾਨੂੰ, ਕਹਿੰਦਾ ਬਾਹਰ ਆ ਜਾ। ਬੜਾ ਮਨ ਹੈਰਾਨ ਹੋਇਆ ਵੀ ਮੈਂ ਤਾਂ ਇਹਨੇ ਇਹਦਾ ਉੱਠਣਾ ਡੀਕਣ ਡਿਆ ਵੀ ਇਹ ਮੈਨੂੰ ਕਹਿੰਦਾ ਤੂੰ ਬਾਹਰ ਆ ਜਾ। ਕਹਿੰਦੇ ਮੈਂ ਉਹਦੇ ਪਿੱਛੇ ਪਿੱਛੇ ਬਾਹਰ ਆ ਗਿਆ, ਅਤੇ ਬਾਹਰ ਆਣ ਕੇ ਪਰਿਕਰਮਾ 'ਚੋਂ ਕਹਿੰਦਾ ਵੀ ਉਹ ਗੁਰਮੁਖਾ ਨਾ ਤੂੰ ਆਪ ਕੀਰਤਨ ਸੁਣਦਾ ਨਾ ਮੈਨੂੰ ਸੁਣ ਦੇਣ ਡਿਆ, ਹੈਂ ਪੌਣਾ ਘੰਟਾ ਹੋ ਗਿਆ ਤੂੰ ਕੀ ਕੁੜਤਾ ਪਜਾਮਾ ਫਸਾ ਕੇ ਬੈਠਾ ਵਿੱਚ, ਨਾ ਤੂੰ ਆਪ ਸੁਣਦਾ ਨਾ ਮੈਨੂੰ ਸੁਣ ਦੇਣ ਡਿਆ। ਉਹ ਕਹਿੰਦਾ ਮੈਂ ਰਿਹਾ ਤਾਂ
कंब ही गया शरीर, अखां च पानी आ गया, तुहानूं किदां पता लग गया? उह कहिंदा गुरु रामदास साहिब जी दी कृपा। तो कहिंदा फिर कृपा ते पाटा कुड़ता क्यों पाया जी? उह कहिंदा मेरे को किसे पदार्थ की कमी नहीं है, ये किसे कारण करके पाया, बहुत आ कहिंदा मैनूं महाराज ने दिता। फिर कहिंदा जी क्यों पाया तुसीं? कहिंदे तां पाया भी जिस दिन पहले दिन इत्थे सुन के महाराज की कृपा हुई सी, पहले दिन सुन के आनंद आया सी, उस दिन मैं ये पाया सी, तां हुण मैं इत्थे आउण लगा उह पा के आउणा, उदा मेरे को कमी नहीं हैगी, बहुत कुछ है। उन्हें लिखिया डॉक्टर सरूप सिंह अलग ने पोथी च लिखा, देखो कहिंदा मेरे नाल वापरी घटना है, सुन सुन होवै, कहिंदे अमृत बाणी हर हर तेरी सुन सुन होवै, सुन के भला सुन के कित्थे चली जांदी अवस्था, आपां अंदाजा ही नहीं ला सकते सुन के, पर सुने तो ना हुण जिहनूं सुणन नूं मन करे आनंद आवे, मैं तुहानूं पहलां जिहने सीरियल वेखी जाणे नाटक नाच गाणे उह बेचारे नूं आखो तूं कथा सुन ला, उहने कित्थों सुण लैणी कथा, वो तो 5 मिनट ना बेचारा बैठेगा कंध ना सिर वजन लग पैना, वह खुराक नहीं ना होगी, नहीं तो कहिंदे तू महाराज की बाणी सुन, गुरमुखा सुन के भला हो जाता, सुन के सुन सुन महा तृप्त मन पावै साधु अमृत बाणी। कहिंदे अमृत बाणी गुरमुखो सुन के मन नूं रज आ जाता। रहाओ विश्राम दे के कृपा कर रहे ने, मुक्त भुगत जुगत सच पाई है, सर्व सुखां का दाता। कहिंदे ओह गुरमुखो गुरु साहब सारे सुखां दे दाते ने, उहनां दी शरण च जा के मुक्त भुगत जुगत, जुगत हुंदी तरीका मुक्ति, आपां नूं पता बंधना तों खलासी, ते भुगती दुनिया दे सुख। भुगत कहिंदे ने संसार च बंदा सुखी, मुक्त दा मतलब परलोक च सुखी। कहिंदे गुरु सुखां दा दाता गुरमुखो महाराज की शरण में जाके जुगती लभ जाती है, तो आप संसार च भी सुखी किवें रहना, तो परलोक च भी मुख किवें उजला करना, क्योंकि गुरु साहब जी दोनों लोगों के दाते, यह लोग सुखीए परलोक सहेल। महाराज के लड़ लगन वाले गुर जो गुरमुख है इतने भी सुखी है, उत्थे भी सुखी होगा। मुक्त भुगत जुगत सच पाई है, सर्व सुखा का दाता, अपने दास को भगत दान देवै पूर्ण पुरख बधाता। कहिंदे अपने दासां नूं महाराज भगती दा दान दिंदे, जिहदे ते बहुत महाराज खुश होणगे उहनूं भगती दी दात देणगे, नाम दी दात। गुरु अंगद देव साहिब जी ने भाई बाले नूं आखिया जा तलवंडी तों जाके महाराज दे चाचा जी तों जन्म पत्री लिया, महाराज दी कथा लिखी है सारी, क्योंकि जन्म तों शुरू करनी, किस दिन महाराज जी दा किस वेले किन्ने समें ते अवतार होया। तो जो भाई बाला जी चले तो महाराज ने आखिया जा भाई बाला तेनों करतार ना भुले, ये असीस दिती तेनों रब चेते रहे। कल भी आप विचार सबना जिया का एक दाता सो मैं विसरना जाई, ये अरदास है। महाराज ने आखिया जा तेनों परमात्मा नहीं भुलदा हुण कभी, जो खुश होण किसे ते फिर उन्हें भगती की दात दिंदे, तेनों रब चेते रहे भाई। अपने दास को भगत दान देवे पूर्ण पुरख बधाता, श्रवणी सुनिए रसना गाइए हिरदय त्याई है सोई। कहिंदे कन्ना ना सुन रसना ना जपिया कर, ते हिरदे च चेते रख, जिन्हों आप कह दें मन बाणी ते कर्मा करके, मन च भी परमात्मा नूं चेते रख, कन्ना ना भी अकाल पुरख वाहिगुरु की वडियाई सुन दा सुभा बना, ते रसना नाल भी कड़ी दो कड़ियां को अकाल पुरख वाहिगुरु नूं गा लिया कर, जप लिया कर, पढ़ लिया कर, बोल लिया कर। श्रवणी सुनिए रसना गाइए हिरदय त्याइए सोई, करण कारण समरथ स्वामी जाते ब्रथा ना कोई। कहिंदे वो सारे कार्यां नूं करन वाला स्वामी एक बार उहदी शरण च जावां, कहिंदे उत्थों कदी खाली नहीं कोई गया। जाते ब्रथा ना कोई दा मतलब है कोई भी भावना लैके आया तो खाली नहीं जा सकता, इत्थों खाली नहीं मुड़दे महाराज किसे, कृपा करनी हुंदी। पर ये जरूर चेते रखना भी जिस तरह की भावना उस तरह की कृपा, किवें दा अपना मन बनता। सतगुरु सदा दयाल है भाई विण भागा क्या पाई, कहिंदे महाराज तो सदा ही दयालू है, पर हुण जे भाग खोटे होण तो फिर श्रद्धा नहीं आनी, तर्क फुरनगे महाराज ते, तर्क फुरेगा तो प्राप्ति नहीं होनी। भावना बनी तो जो मर्जी लै लो, कहिंदे खाली जा ही नहीं सकता इत्थों कोई बंदा, कदे भी नहीं खाली जा सकता,
ਉਹ ਚੱਬੇ ਵਾਲੀ ਮਾਈ ਨੇ ਇਹੋ ਆਖਿਆ ਭਾਈ ਗੁਰਦਾਸ ਜੀ ਨੇ ਵੀ ਤੂੰ ਉਦਾਸ ਹੈ। ਕਹਿੰਦੀ ਮੈਂ ਤਾਂ ਵਡਿਆਈ ਸੁਣ ਕੇ ਆਈ ਹਾਂ, ਇੱਥੋਂ ਕਦੀ ਕੋਈ ਖਾਲੀ ਨਹੀਂ ਗਿਆ ਮਹਾਰਾਜ। ਕਹਿੰਦੇ ਹੈਗਾ ਨਹੀਂ ਤੇਰੇ ਭਾਗਾਂ 'ਚ। ਭਾਈ ਗੁਰਦਾਸ ਜੀ ਕਹਿੰਦੇ ਫਿਰ ਕੀ ਨਹੀਂ ਹੈਗਾ, ਤੇ ਕੱਲ੍ਹ ਨੂੰ ਕਲਮ ਲਿਆਈ, ਕਾਗਜ਼ ਲਿਆਈ, ਸਿਆਹੀ ਲਿਆਈ, ਆਖੀ ਨਹੀਂ ਹੈਗਾ ਤੇ ਲਿਖ ਦਿਓ। ਇਹ ਭਾਵਨਾ ਬਣਾਉਣਾ ਮਹਾਰਾਜ, ਤੁਸੀਂ ਤੇ ਤਿੰਨਾਂ ਲੋਕਾਂ ਦੇ ਮਾਲਕ ਤੁਸੀਂ ਹੈ, ਤੇ ਨਹੀਂ ਅੱਗੇ ਲਿਖਿਆ ਤਾਂ ਹੁਣ ਲਿਖ ਦਿਓ, ਤੁਹਾਨੂੰ ਕੀ ਫਰਕ ਪੈਣਾ। ਤੇ ਅਗਲੇ ਦਿਨ ਉਹਨੇ ਫਿਰ ਏਦਾਂ ਹੀ ਕੀਤਾ ਤਾਂ ਮਿਲ ਗਈ ਦਾਤ। ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਨਾ ਛੇਵੇਂ ਪਾਤਸ਼ਾਹ ਜੀ ਨੇ ਫਿਰ। ਇਸ ਲਈ ਕਹਿੰਦੇ ਗੁਰਮੁਖੋ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ। ਉਹ ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਰੱਖਦੇ ਮਹਾਰਾਜ, ਕੋਈ ਖਾਲੀ ਨਹੀਂ ਜਾਂਦਾ ਉਹਨਾਂ ਦੇ ਦਰ ਤੋਂ। ਹਾਂ ਇਹ ਅਰਦਾਸ ਕਰਨੀ ਚਾਹੀਦੀ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੀ ਭਾਵਨਾ ਬਣਾਇਓ, ਪ੍ਰੇਮ ਬਣੇ, ਤਰਕਣਾ ਮਨ ਚ ਆਵੇ, ਤਰਕਣਾ ਫੁਰੇ, ਸ਼ਰਧਾ ਬਣੀ ਰਹੇ। ਲੋਕ ਤਾਂ ਕਹਿੰਦੇ ਸ਼ਰਧਾ ਵੀ ਅੰਨਿਆਂ ਦਾ ਵਿਸ਼ਾ, ਇਹ ਕਹਿੰਦੇ ਵੀ ਅਗਿਆਨੀਆਂ ਦਾ ਕੰਮ, ਅੱਜ ਕੱਲ੍ਹ ਤਾਂ ਇਹ ਵੀ ਚੱਲਦਾ ਕੰਮ। ਕਹਿੰਦੇ ਸ਼ਰਧਾ ਦਾ ਕੀ ਮਤਲਬ ਹੈ ਜੀ, ਹਰ ਗੱਲ ਵਿਚਾਰਨੀ ਚਾਹੀਦੀ ਹੈ। ਕੱਲ ਵੀ ਕਿਸੇ ਨੇ ਆਖਿਆ ਸੀ, ਕਹਿੰਦੇ ਜੀ ਇੱਥੇ ਗੱਲ ਚੱਲਦੀ ਪਈ ਸੀ ਚਰਚਾ ਬਈ ਉਹ ਜਿਹੜਾ ਪੱਥਰ ਹੈ ਸੁੱਟਿਆ ਉਹਨੇ ਵਲੀ ਕੰਧਾਰੀ ਨੇ, ਕਹਿੰਦੇ ਜਾ ਕੇ ਵੇਖੋ ਤੁਸੀਂ ਵੀ ਉਹ ਕਿੱਥੇ ਆ ਤੇ ਜਿਹੜਾ ਪੰਜਾ ਸਾਹਿਬ ਬਣਿਆ ਉਹ ਕਿੱਥੇ ਆ। ਉੱਥੋਂ ਤੇ ਉੱਥੇ ਪੱਥਰ ਆ ਹੀ ਨਹੀਂ ਸਕਦਾ ਵੀ ਆਪੇ ਬਣਾ ਲਿਆ ਕਿਸੇ ਨੇ ਪੰਜਾ ਸਾਹਿਬ ਮਹਾਰਾਜ ਦੀ ਮਸ਼ਹੂਰੀ ਕਰਨ ਨੂੰ। ਬਹੁਤ ਵਾਰ ਮੈਂ ਬੇਨਤੀ ਕੀਤੀ ਗੁਰਮੁਖੋ, ਵਲੀ ਦਾ ਅਰਥ ਹੁੰਦਾ ਕਰਾਮਾਤੀ, ਉਹਨੇ ਆਪਣੀ ਤਾਕਤ ਨਾਲ ਪੱਥਰ ਉੱਥੇ ਭੇਜਿਆ ਸੀ, ਧੱਕਾ ਮਾਰ ਕੇ ਨਹੀਂ ਭੇਜਿਆ, ਉਹ ਵੀ ਆਪਣੀ ਤਾਕਤ ਵਰਤਦਾ ਪਿਆ ਸੀ। ਅੱਗਿਓਂ ਮਹਾਰਾਜ ਨੇ ਵੀ ਫਿਰ ਥੋੜ੍ਹਾ ਕਿਣਕਾ ਵਿਖਾਲ ਕੇ ਉਹਨੂੰ ਤਾਕਤ ਨਾਲ ਹੀ ਰੋਕਿਆ ਤੇ ਆਣ ਕੇ ਚਰਨੀ ਪੈ ਗਿਆ, ਉੱਤਰ ਕੇ ਆਇਆ ਥੱਲੇ 3 ਮੀਲ ਉੱਤਰ ਕੇ। ਫਿਰ ਆਣ ਕੇ ਉਹਨੂੰ ਪਤਾ ਲੱਗਾ ਵੀ ਮਹਾਰਾਜ ਮੇਰੇ ਤੋਂ ਅੱਗੇ ਆ ਬਾਈ, ਫਿਰ ਮਾਫ਼ੀ ਮੰਗੀ ਉਹਨੇ। ਪਰ ਜੇ ਹੁਣ ਤਰਕੀ ਕਰਨੀ ਤਾਂ ਫਿਰ ਤਾਂ ਜਿਹੜੀ ਗੱਲ 'ਤੇ ਮਰਜ਼ੀ ਕਰੇ। ਤੁਸੀਂ ਵੇਖਿਆ ਕਦੀ ਕਿਸੇ ਦੂਸਰੇ ਧਰਮ ਨੇ ਤਰਕ ਕੀਤੀ? ਜੇ ਮੰਨ ਲਓ ਵੀ ਸਨਾਤਨੀ ਮੱਤ ਵਾਲੇ ਜਾਂ ਹਿੰਦੂ ਵੀਰ ਤਰਕ ਕਰਨ 'ਤੇ ਆ ਜਾਣ ਤਾਂ ਫਿਰ ਤਾਂ ਉਹ ਹਰ ਗੱਲ 'ਤੇ ਤਰਕ ਕਰਨਗੇ ਵੀ ਬੰਦਾ ਥੱਲਿਓਂ ਗਣੇਸ਼ ਵੇਖੋ ਮਨੁੱਖ ਆ ਤਾਂ ਉੱਤੋਂ ਹਾਥੀ ਦਾ ਮੂੰਹ ਕਿੱਦਾਂ ਲੱਗ ਗਿਆ, ਹਾਂਜੀ ਆ ਮਾਤਾ ਦੀਆਂ 8 ਬਾਹਾਂ ਕਿੱਦਾਂ ਹੋ ਗਈਆਂ, ਹਾਂਜੀ ਗਣੇਸ਼ ਬਣਿਆ ਕਿੱਦਾਂ? ਕਹਿੰਦੇ ਪਾਰਵਤੀ ਨੇ ਪਿੰਡੇ ਦੀ ਮੈਲ ਲਾਈ ਤੇ ਗਣੇਸ਼ ਬਣ ਗਿਆ, ਇੰਨੀ ਪਿੰਡੇ ਤੇ ਉਹਦੇ ਮੈਲ ਸੀ ਵੀ 6 ਫੁੱਟ ਦਾ ਬੰਦਾ ਬਣ ਗਿਆ। ਜੇ ਉਹ ਕਿਤੇ ਤਰਕ ਕਰਨ, ਕਦੀ ਸੁਣੀ ਤੁਸੀਂ ਤਰਕ? ਕਦੀ ਨਾ ਤਰਕ ਕਰਨਗੇ ਉਹ ਆਪਣੇ ਧਰਮ 'ਤੇ, ਕਦੀ ਵੀ ਨਹੀਂ ਕਰਦੇ। ਹਾਲਾਂਕਿ ਜੇ ਤਰਕ ਕਰਨ ਲੱਗ ਪਓ ਤੇ ਤਰਕਾਂ ਹੀ ਤਰਕਾਂ ਨਿਰੀਆਂ, ਪਰ ਉਹ ਸਿਆਣੇ ਉਹ ਕਰਦੇ ਨੇ, ਜਿੱਦਾਂ ਨਹੀਂ ਕਰਦੇ ਉਹ ਜਿਹਦੇ ਅੱਗੇ ਮੱਥਾ ਟੇਕ ਗਏ ਉਹਦੇ 'ਤੇ ਕਦੀ ਸਵਾਲ ਖੜਾ ਨਹੀਂ ਕਰਦੇ। ਉਹਨਾਂ ਨੂੰ ਪਤਾ ਵੀ ਜੇ ਗਣੇਸ਼ ਅੱਗੇ ਮੱਥਾ ਟੇਕਣਾ ਤੇ ਇਹ ਨਹੀਂ ਮਨ 'ਚ ਲਿਆਉਣਾ ਵੀ ਇਹ ਥੱਲਿਓਂ ਬੰਦਾ ਤੇ ਉੱਤੋਂ ਹਾਥੀ ਕਿਵੇਂ ਆ, ਕਦੀ ਵੀ ਨਹੀਂ ਕਰਦੇ। ਸੁਣਿਆ ਤੁਸੀਂ ਕਦੀ ਆਪਣੇ ਨਾਲੋਂ ਉਹਨਾਂ ਦੀ, ਆਪਾਂ 2 ਕਰੋੜ ਆ ਤਾਂ ਉਹ 82 ਕਰੋੜ ਆ, ਕਦੀ ਸੁਣੀ ਜੇ ਤਰਕ? ਇੱਕ ਬੰਦੇ ਕੋਲੋਂ ਕਦੀ ਨਾ ਕਰਨਗੇ। ਹਾਲਾਂਕਿ ਤਰਕ ਹੀ ਹੈ, ਕਹਿੰਦੇ ਜੀ ਉਹ ਗਣੇਸ਼ ਸਵਾਰੀ ਕਿਹਦੀ ਕਰਦਾ? ਚੂਹੇ ਦੀ। ਭਲਾ ਐਡਾ ਵੱਡਾ ਬੰਦਾ ਚੂਹੇ 'ਤੇ ਕਿੱਦਾਂ ਚੜ ਕੇ ਤੁਰਿਆ ਫਿਰਦਾ? ਪਰ ਉਹ ਨਹੀਂ ਕਹਿੰਦੇ, ਉਹਨਾਂ ਨੂੰ ਪਤਾ ਇਹ ਮੂਰਖਾਂ ਦਾ ਕੰਮ ਹੁੰਦਾ, ਜਾਂ ਮੱਥਾ ਨਾ ਟੇਕੋ, ਜੇ ਮੱਥਾ ਟੇਕਣਾ ਫਿਰ ਤਰਕ ਨਾ ਕਰੋ, ਮੂਰਖਾਂ ਦਾ ਕੰਮ ਹੈ। ਵੀ ਉਹ ਭਗਤ ਨਾਮ ਦੇ ਜੀ ਨੇ ਆਖਿਆ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਇਹ ਮੂਰਖਾਂ ਦਾ ਕੰਮ ਹੁੰਦਾ। ਤੁਸੀਂ ਮੱਥੇ ਵੀ ਟੇਕੋ ਅਤੇ ਸ਼ੰਕੇ ਵੀ ਕਰੋ, ਚੰਗੀ ਗੱਲ ਹੈ ਮੱਥਾ ਨਾ ਟੇਕੋ ਫਿਰ ਜੇ ਤੁਹਾਡਾ ਨਹੀਂ ਮਨ ਮੰਨਦਾ ਤਾਂ। ਪਰ ਜੇ ਮੱਥਾ ਟੇਕਦੇ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਉੱਥੇ ਮੱਥਾ ਟੇਕਣਾ ਉੱਥੇ ਸ਼ੰਕਾ ਕਰਨਾ ਤਰਕ ਕਰਨੀ। ਕਹਿੰਦੇ ਇੱਥੇ ਦੋਵੇਂ ਲੋਕ ਹੀ ਗੁਆ ਬੈਠਾ ਆਪਣੇ। ਇਸ ਵਾਸਤੇ ਖਾਲੀ ਤਾਂ ਮਹਾਰਾਜ ਕਹਿੰਦੇ ਇੱਥੋਂ ਕਦੀ ਨਹੀਂ ਕੋਈ ਗਿਆ, ਪਰ ਆਪਣੀ ਭਾਵਨਾ ਬਣਾਓ। ਕਰਨ ਕਾਰਨ ਸਮਰਾਟ ਸਵਾਮੀ ਜਾਤ ਬਿਰਥਾ ਨਾ ਕੋਈ। ਬਿਰਥਾ ਦਾ ਅਰਥ ਖਾਲੀ, ਖਾਲੀ ਕੋਈ ਨਹੀਂ ਜਾਂਦਾ ਇੱਥੇ। ਵੱਡੇ ਭਾਗ ਰਤਨ ਜਨਮ ਪਾਇਆ, ਕਹਿੰਦੇ ਬਹੁਤ ਵੱਡੇ ਭਾਗਾਂ ਕਰਕੇ ਇਹ ਮਨੁੱਖਾ ਜਨਮ ਜਿਹੜਾ ਰਤਨਾਂ ਤੋਂ ਵੀ ਕੀਮਤੀ ਹੈ ਗੁਰਮੁਖੋ ਫਿਰ ਇਹ ਮਿਲਦਾ। ਕਰੋ ਕਿਰਪਾ ਕਿਰਪਾਲਾ, ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ, ਚੰਗੇ ਕਰਮਾਂ ਕਰਕੇ ਹੁਣ ਇਹ ਜਨਮ ਮਿਲ ਗਿਆ ਮਨੁੱਖਾ। ਕੀ ਕਿਰਪਾ ਕਹੀ? ਸਾਧ ਸੰਗ ਨਾਨਕ ਗੁਣ ਗਾਵੇ ਸਿਮਰਿਆ ਸਦਾ ਗੋਪਾਲਾ। ਮਹਾਰਾਜ ਸਾਧ ਸੰਗਤ ਬਖਸ਼ ਦਿਓ, ਸਦਾ ਸਿਮਰਨ ਕਰਦੇ ਰਹੀਏ ਪਰਮਾਤਮਾ ਦਾ, ਚੇਤੇ ਰਹੇ ਅਕਾਲ ਪੁਰਖ ਵਾਹਿਗੁਰੂ, ਐਸੀ ਸਾਡੇ 'ਤੇ ਮਹਾਰਾਜ ਕਿਰਪਾ ਕਰ ਦਿਓ, ਕਿਉਂਕਿ ਮਨੁੱਖਾ ਜਨਮ ਤੁਸੀਂ ਬਖਸ਼ ਦਿੱਤਾ ਹੈ, ਹੁਣ ਇਹ ਸਫਲ ਵੀ ਹੋ ਜਾਵੇ, ਐਸੀ ਕਿਰਪਾ ਕਰੋ। ਤਾਂ ਗੁਰੂ ਸਾਹਿਬ ਕਿਉਂਕਿ ਗ੍ਰਿਸਤੀ ਸੀ ਨਾ ਮਹਾਰਾਜ, ਉਹਨਾਂ ਨੇ ਕਿਹਾ ਕਮਾਲ ਦਾ, ਗ੍ਰਿਸਤੀਆਂ ਨੇ ਉਪਦੇਸ਼ ਦਿੱਤਾ, ਨਹੀਂ ਤਾਂ ਪਹਿਲਾਂ ਲੋਕ ਕਹਿੰਦੇ ਸੀ ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਤਾਂ ਟੱਬਰ ਟੋਰ ਛੱਡਦੇ ਆਪਣਾ ਚੱਲ ਜੰਗਲਾਂ 'ਚ,
सब कुछ छड छा के उत्थे तुरिया फिर पर्वतां दीआं गुफावां च तू जंगलां च बेलियां च तुरिया फिरेंगा तां तैनूं परमात्मा मिलना। महाराज ने संत रैण नूं आखिआ नहीं गुरमुखो चलो अपने घर अपने बच्चे पालो दोवें वेले करतार करतार करो तुहानूं तुहाडे टब्बर च बैठिआ रब मिल पवेगा गरंटी। महाराज कहिंदे मेरी संत रैण नूं सारे साधू तोरे महाराज ने नाले गफ्फा छकाया 20 रुपईआं दा नाले घर नूं तोरे सारे। महाराज कहिंदे इत्थे कईआं कईआं दिनां ते भुखे बैठे रहिंदे जे जंगल च रब लभदे फिरदे जे ਤੁਹਾਡੇ ਟੱਬਰ ਚ ਬੈਠਿਆ ਮਿਲਜੂ। ਅਸੀਂ ਮਹਾਰਾਜ ਨੇ ਕਮਾਲੋ ਕਹਿੰਦੇ ਤੁਸੀਂ ਧਰਮ ਦੀ ਕਿਰਤ ਕਰੋ ਆਪਣਾ ਪਰਿਵਾਰ ਵੀ ਪਾਲੋ ਤੇ ਦੋਵੇਂ ਵੇਲੇ ਪਰਮਾਤਮਾ ਨੂੰ ਚੇਤੇ ਕਰੋ ਤੁਹਾਡਾ ਜਨਮ ਸਫਲਾ ਹੋ ਜਾਏਗਾ। ਕੀਮਤੀ ਮਨੁੱਖਾ ਜਨਮ ਮਿਲਿਆ ਇਉਂ ਸਫਲਾ ਹੋ ਜਾਊਗਾ ਜੀ। ਕੋਈ ਸੰਗਤ ਕਰਨੀ ਕੋਈ ਨਿਤਨੇਮ ਕਰਨਾ ਬਾਕੀ ਆਪਣੇ ਪਰਿਵਾਰ ਚ ਰਹਿਣਾ ਧਰਮ ਦੀ ਕਿਰਤ ਕਰਨੀ। ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਸੋਠ ਮਹੱਲਾ ਪੰਜਵਾ ਕਾਰ ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕਹਿੰਦੇ ਸਵੇਰੇ ਉੱਠ ਕੇ ਇਸ਼ਨਾਨ ਕਰ ਅਤੇ ਆਪਣੇ ਪਰਮਾਤਮਾ ਨੂੰ ਚੇਤੇ ਕਰ ਮਨ ਕਰਕੇ ਵੀ ਤੰਦਰੁਸਤ ਹੋ ਜਾਏਗਾ ਤਨ ਕਰਕੇ ਵੀ। ਮਨ ਅਤੇ ਤਨ ਦੋਨੋਂ ਤੇਰੇ ਤੰਦਰੁਸਤ ਹੋ ਜਾਣਗੇ ਨਿਰਮਲ ਹੋ ਜੇ ਸਵੇਰੇ ਇਸ਼ਨਾਨ ਕਰਕੇ ਪਰਮਾਤਮਾ ਨੂੰ ਜਪ ਕਰ ਸੁਨਾਨ ਸਿਮਰ ਪ੍ਰਭ ਆਪਣਾ। ਕਿਉਂਕਿ ਮਹਾਰਾਜ ਕਹਿੰਦੇ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਗੁਰੂ ਸਾਹਿਬ ਜੀ ਨੇ ਸਿਧਾਂਤ ਦੇ ਦਿੱਤੇ। ਗੁਰਮੁਖ ਉੱਠੇ ਇਸ਼ਨਾਨ ਕਰੇ ਨਾਮ ਜਪੇ ਫਿਰ ਕੁਝ ਦਾਨ ਕਰ ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਮਹਾਰਾਜ ਦੀ ਸ਼ਰਨ ਚ ਆਇਆ ਕਰੋੜਾਂ ਵਿਘਨ ਨਾਸ ਹੋ ਜਾਂਦੇ ਕਰੋੜਾਂ ਜਿੰਨੀ ਗੁਰਮੁਖ ਨਾਮ ਧਿਆਇਆ ਤਾਂ ਫਿਰ ਵਿਘਨ ਨਾ ਹੋਈ ਰਾਮ ਰਾਜੇ ਚੌਥੇ ਪਾਤਸ਼ਾਹ ਦੇ ਬਚਨ। ਕਹਿੰਦੇ ਜਿਹਨਾਂ ਗੁਰਮੁਖਾਂ ਨੇ ਨਾਮ ਜਪਿਆ ਗੁਰਮੁਖੋ ਫਿਰ ਵਿਘਨ ਨਹੀਂ ਪੈਂਦਾ ਕਿਉਂ ਕਿਉਂਕਿ ਵਿਘਨ ਕੱਟ ਦਿੰਦੇ ਮਹਾਰਾਜ। ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਐਸਾ ਭਲਾ ਸੰਜੋਗ ਪ੍ਰਗਟ ਹੋ ਜਾਂਦਾ ਕੋਈ ਵਿਘਨ ਨਹੀਂ ਪਵੇਗਾ। ਸੰਜੋਗ ਦਾ ਅਰਥ ਹੁੰਦਾ ਮਿਲਾਪ ਉਸ ਐਸੇ ਭਲੇ ਸਮੇਂ ਦਾ ਮਿਲਾਪ ਮਹਾਰਾਜ ਕਰ ਦੇਣਗੇ ਉਹ ਵਿਘਨ ਪਾਸਿਓਂ ਦੀ ਲੰਘ ਜਾਏਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ ਕਹਿੰਦੇ ਮਹਾਰਾਜ ਜੀ ਨੇ ਬਾਣੀ ਦੁਆਰਾ ਬਚਨ ਕੀਤਾ ਇਹ ਉਪਦੇਸ਼ ਦਿੱਤਾ। ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ। ਕਹਿੰਦੇ ਇਸ ਪਵਿੱਤਰ ਬਾਣੀ ਨੂੰ ਗਾਵੋ ਪੜ੍ਹੋ ਸੁਣੋ ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਵੈ ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੈ। ਮਹਾਰਾਜ ਦੇ ਬਚਨ ਗਾਵਹੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ। ਕਹਿੰਦੇ ਪੂਰਾ ਗੁਰੂ ਤੇਰੀ ਰੱਖਿਆ ਕਰੇਗਾ ਉਸ ਪੜ੍ਹਿਆ ਕਰ ਸੁਣਿਆ ਕਰ ਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ ਸਾਚਾ ਸਾਹਿਬ ਅਮਿਤ ਵਡਾਈ। ਕਹਿੰਦੇ ਉਸ ਸੱਚੇ ਮਾਲਕ ਦੀ ਜਿਹੜੀ ਵਡਿਆਈ ਗੁਰਮੁਖੋ ਮਿਣਤੀ ਚ ਨਹੀਂ ਹੈ। ਕੋਈ ਪੈਮਾਨਾ ਕੋਈ ਯੰਤਰ ਨਾਪ ਕੇ ਨਹੀਂ ਦੱਸ ਸਕਦਾ ਵੀ ਮਹਾਰਾਜ ਜੀ ਦੀ ਵਡਿਆਈ ਕਿੰਨੀ ਵੱਡੀ ਹੈ। ਗੁਰੂ ਸਾਹਿਬ ਜੀ ਦੀ ਸਮਰੱਥਾ ਕੋਈ ਗਿਣਤੀ ਮਿਣਤੀ ਚ ਨਹੀਂ ਆਪਾਂ ਲਿਆ ਸਕਦੇ। ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ। ਫਿਰ ਕਹਿੰਦੇ ਉਹ ਭਗਤਾਂ ਨਾਲ ਪ੍ਰੇਮ ਕਰਦਾ ਗੁਰਮੁਖੋ ਵਛਲ ਹੁੰਦਾ ਪਿਆਰਾ ਭਗਤਾਂ ਦਾ ਪਿਆਰਾ ਪਰਮਾਤਮਾ ਦਿਆਲਾ ਫਿਰ ਦਿਆਲੂ ਹੈ ਕਠੋਰ ਨਹੀਂ ਹੈਗਾ ਅਕਾਲ ਪੁਰਖ ਵਾਹਿਗੁਰੂ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਕਦੇ ਮਹਾਰਾਜ ਕੌੜਾ ਸੁਭਾਅ ਕਦੀ ਦੇਖਿਆ ਹੀ ਨਹੀਂ ਯਤਨ ਕਰਕੇ ਕਹਿੰਦੇ ਅਸੀਂ ਥੱਕ ਗਏ ਹਾਂ ਪਰ ਉਹ ਸੁਭਾਅ ਉਹਨਾਂ ਦੇ ਅੰਦਰੋਂ ਕਦੀ ਕੌੜਾ ਕਿਸੇ ਈਰਖਾ ਵਾਲਾ ਦੁਸ਼ਮਣੀ ਵਾਲਾ ਮਹਾਰਾਜ ਦੇ ਅੰਦਰੋਂ ਨਹੀਂ ਵੇਖਿਆ। ਮਹਾਰਾਜ ਤਾਂ ਫੈਂਦੇ ਖਾਨ ਲੜਾਈ ਦੇ ਮੈਦਾਨ 'ਚ ਵੀ ਸੁੱਟ ਕੇ ਕਹਿੰਦੇ ਆ ਜਦੋਂ ਡਿੱਗ ਪਿਆ ਕਿਉਂ ਕਿਉਂਕਿ ਹੁਣ ਜਿਹੜਾ ਚੜ ਕੇ ਆ ਗਿਆ ਜ਼ੁਲਮ ਖਤਮ ਕਰਨਾ ਨਾ ਮਹਾਰਾਜ ਨੇ ਫਿਰ ਵੀ ਵੈਰ ਰੱਖ ਕੇ ਨਹੀਂ ਫਿਰ ਵੀ ਮਹਾਰਾਜ ਉਤਰ ਕੇ ਕਹਿੰਦੇ ਕਲਮਾ ਪੜ੍ਹ ਲੈ ਤੇਰਾ ਭਲਾ ਹੋ ਜਾਏਗਾ ਰੱਬ ਨੂੰ ਚੇਤੇ ਕਰ ਲਾ ਪੈਂਦੇ ਖਾਂ ਕਿਉਂ ਕਿਉਂ ਕਿਉਂਕਿ ਵੈਰ ਕਰਕੇ ਥੋੜ੍ਹਾ ਮਾਰਿਆ ਮਹਾਰਾਜ ਨੇ ਦਿਆਲੂ ਨੇ ਨਾ। ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਦਿ ਬਿਰਧ ਪ੍ਰਤਪਾਲਾ। ਕਹਿੰਦੇ ਆਦਿ ਮੁੱਢ ਕਦੀਮ ਤੋਂ ਪਰਮੇਸ਼ਰ ਦਾ ਗੁਰੂ ਸਾਹਿਬ ਦਾ ਸੁਭਾਅ ਉਹ ਸੰਤਾਂ ਦੀ ਪੈਜ ਰੱਖਦਾ ਮੁੜ ਤੋਂ ਸੁਭਾਅ ਪਰਮਾਤਮਾ ਦਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰਬ ਵੇਲਾ ਮੁੱਖ ਪਾਵੋ। ਕਹਿੰਦੇ ਗੁਰਮੁਖੋ ਇਹ ਨਾਮ ਦਾ ਭੋਜਨ ਅੰਮ੍ਰਿਤ ਵੇਲੇ ਥੋੜ੍ਹਾ ਥੋੜ੍ਹਾ ਛਕਿਆ ਕਰੋ ਪਹੁੰਚੋ ਦਾ ਅਰਥ ਹੁੰਦਾ ਖਾਣਾ। ਇਹ ਆਤਮਾ ਦੀ ਖੁਰਾਕ ਹੈ ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਾਂ ਰੂਹ ਦੀ ਖੁਰਾਕ ਪਰਮੇਸ਼ਰ ਦਾ ਨਾਮ। ਕਹਿੰਦੇ ਥੋੜ੍ਹਾ ਥੋੜ੍ਹਾ ਛਕਿਆ ਕਰੋ ਰੋਜ਼ ਸਰਬ ਵੇਲਾ ਮੁੱਖ ਪਾਵੋ ਹਰ ਵੇਲੇ। ਕਹਿੰਦੇ ਮੁੱਖ 'ਚ ਥੋੜ੍ਹਾ ਥੋੜ੍ਹਾ
इन पाउंदे रहना चाहिए। जरा वरा ताप सब नाठा गुण गोबिंद नित गावो, कहते गोबिंद के गुण रोज गाओगे ते जरा मरा ताप सब नाठा। जरा कहिंदा कहिंदे ने बुढ़ेपे दे रोग नू, मरा एक बीमारी होंदी जिवें कते कोई फैल गई कते कोई फैल गई। मरा मौत दे दुख नू भी कहिंदे, कहिंदे मौत भी नहीं मार सकेगी फिर, जिवें ब्रह्म ज्ञानियां नू बाबे दीप सिंह जी नू नहीं मौत मार सकी। जरा बुढ़ेपे का दुख तेनू सतावेगा नहीं। उवें बजुर्गी साहब सिंह जी जिहड़ी है उदों मन्नी जांदी है उम्र करके, जां फिर दाड़ा चिट्टा हो गया ये करके बजुर्गी आपां संसारिक तौर ते कहिंदे आ, गुरमत च नहीं। महाराज ने कहा गुरमुख बुढ़े कदे ना ही जिन्हां अंतर सुरत ज्ञान। बुढ़े उदों बुढ़ेपा मन्निया जांदा जदों कहिंदे ने भई अखां तों दिसण हौली हौली घट जाए, कन्नां तों सुण नूं घट जाए, शरीर कंबण लग पए, हथ आपे ही वाइब्रेट करी जाण, पैर भार ना झलण, सिर भी अंज अंज करन लग पए। कहिंदे हुण इहनूं बुढ़ेपे ने जित लिया गुरमुख। जब लग जरा रोग नहीं आया, जब लग काल ग्रसी नहीं गाया, जब लग बिकल पई नहीं बाणी। कहिंदे जदों गल कहिंदा कोई ते अगले नूं सुणदी कोई है, कंबल लग पैंदी जबान, उदों समझो भी हुण बंदा बुढ़ा हो गया, बुढ़ेपे ने जकड़ लिया इहनूं। जे इन्हां चीज़ां ने नहीं ना जकड़िया फिर तो वेखो तुसीं 80 साल के करीब बाबे दीप सिंह की उम्र है, तो खंडा फड़ के लड़ाई के मैदान च 28 साल के पठान का सिर ला देंदे, क्यों? क्योंकि बुढ़ेपा उन्होंने जितया नहीं ना, जित नहीं सकते। जरा मरा ताप सब नाठा, कहिंदे फिर कोई बुढ़ेपे ने जित लेना। ताप कहिंदे किसे आदि व्याधि उपाधि नूं कदी नहीं आवेगी। जरा मरा ताप सब नाठा गुण गोबिंद नित गावो, सुनी अरदास स्वामी मेरा सर्व कला बणिया। कहिंदे तां साडी अरदास सुन ली है साडे स्वामी ने, जिस दी सारे पासे कला वरत रही, प्रगट पई सगले जोगे अंतर गुरु नानक की वड्याई। कहिंदे गुरु नानक पातशाह की वड्याई हरेक युग विच है। ਤਾਂ ਭਾਈ ਗੁਰਦਾਸ ਨੇ ਧੁਰ ਪਤਾਲੋਂ ਲਈ ਕੜਾਹੀ, ਕਿੱਥੋਂ ਲੈ ਆਉਂਦਾ ਸੀ? ਮਾਂ ਨੇ ਦਸਤਗੀਰ ਦੇ ਪੁੱਤਰ ਨੂੰ ਕਹਿੰਦੇ ਲੈ ਲਾ ਪ੍ਰਸ਼ਾਦ ਆਪਣੇ ਪਿਤਾ ਨੂੰ ਦੇਈ, ਉਹਨੂੰ ਯਕੀਨ ਆ ਜਾਏਗਾ। ਹਰ ਥਾਂ ਤੇ ਹਰ ਵੇਲੇ ਗੁਰੂ ਸਾਹਿਬ ਜੀ ਦੀ ਵਡਿਆਈ ਚੱਲਦੀ ਰਹਿੰਦੀ। ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਸੰਗ ਜੀ ਕਿਰਪਾ ਕੀਤੀ। ਸੋ ਅੱਜ ਉਹ ਗੁਰਸਿੱਖ ਪਰਿਵਾਰ ਬੱਚੀ ਦਾ ਜਨਮ ਦਿਨ ਮਨਾ ਰਿਹਾ, ਇਸ ਕਰਕੇ ਜੀ ਥੋੜ੍ਹਾ ਟਾਈਮ ਦਾ ਫਰਕ ਸੀ। ਔਰ ਆਪਣੇ ਮਗਨ ਗੁਰਮੁਖ ਪਿਆਰੇ ਭਾਈ ਰਛਪਾਲ ਸਿੰਘ ਜੀ ਮਾਲ ਉਹਨਾਂ ਦੇ ਢਾਡੀ ਜਥੇ ਨੇ ਵੀ ਥੋੜ੍ਹੀ ਦੇਰ ਲਈ ਆਪ ਸੰਗਤਾਂ ਦੇ ਦਰਸ਼ਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ ਲਿਖਿਆ ਕਤੇ ਹਨ ਛੁੱਟੀ ਗਿਆ ਖਨ ਖਨ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।